ਇਹਨਾਂ ਦੀ ਸੰਗਤ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਉਹ ਕਹਿੰਦੇ ਇਹ ਬਿਹਤਰ ਸੰਗਤ ਹੈ, ਕਿਰਤ ਕਰਨ ਵਾਲੇ ਸ਼ਰੀਫ ਮਾਸੂਮ ਲੋਕ ਹੈ, ਇਹ ਰੱਬ ਦੇ ਬੰਦੇ ਹੈ, ਇਹ ਉੱਚੇ ਹੈ, ਮੈਂ ਇਹਨਾਂ ਨਾਲ ਮੈਂ ਐਸੋਸੀਏਟ ਕਰਦਾ। ਇਹ ਅਧਿਆਤਮ ਹੈ, ਇਹ ਅਧਿਆਤਮ ਦਾ ਮਾਰਗ ਹੈ ਵੀ ਤੁਸੀਂ ਨਾਮ ਦੇ ਮਾਰਗ ਤੇ ਤੁਰਨਾ, ਅਕਾਲ ਪੁਰਖ ਦੇ ਪ੍ਰੇਮ ਦੇ ਮਾਰਗ ਤੇ ਤੁਰਨਾ। ਜਦੋਂ ਤੁਸੀਂ ਵਾਹਿਗੁਰੂ ਦੇ ਪ੍ਰੇਮ ਦੇ ਮਾਰਗ ਤੇ ਤੁਰਨਾ, ਵਾਹਿਗੁਰੂ ਹੈ ਕਿੱਥੇ? ਜਿਹਨਾਂ ਪ੍ਰੇਮ ਕਰਨਾ ਹੈ, ਵਾਹਿਗੁਰੂ ਸਾਰਿਆਂ ਚ ਹੈ, ਦਰਖਤਾਂ ਚ, ਧਰਤੀ ਚ, ਪਾਣੀ ਚ, ਬੰਦਿਆਂ ਚ, ਸਾਰੇ ਕਾਸੇ ਚ, ਜੀਆ ਜੰਤ ਚ, ਉਹ ਵਾਹਿਗੁਰੂ ਨਾਲ ਪ੍ਰੇਮ ਤੁਰਨਾ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਪ੍ਰੇਮ ਦੇ ਰਾਹ ਤੇ ਤੁਰਨਾ ਨਾ, ਜੋ ਤੋਂ ਪ੍ਰੇਮ ਖੇਡਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਮਾਰਗ ਪੈਰ ਧਰੀਜਾ, ਸਿਰ ਦੀਜਾ ਕਰਨ ਨਕੀਜਾ, ਤੁਹਾਨੂੰ ਸਭ ਨੂੰ ਪਤਾ ਹੋਊਗਾ, ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਹੁਣ ਗੁਰੂ ਨਾਨਕ ਸਾਹਿਬ ਕਿਉਂ ਕਹਿ ਰਹੇ ਹੈ? ਗੁਰੂ ਨਾਨਕ ਦੇਵ ਜੀ ਕਿਉਂ ਨੀ ਕਹਿੰਦੇ? ਗੁਰੂ ਨਾਨਕ ਦੇਵ ਜੀ ਕਿਉਂ ਕਹਿ ਰਹੇ ਹੈ? ਆਪਾਂ ਸੀਗੇ ਨਾ, ਹੱਸਣਾ ਮਾੜੀ ਗੱਲ, ਆਪਾਂ ਸੀਰੀਅਸ ਨਾ, ਪੂਰੇ ਹੱਸਣਾ ਮਾੜੀ ਗੱਲ, ਬਹੁਤ ਮਾੜੀ ਗੱਲ। ਗੁਰੂ ਨਾਨਕ ਦੇਵ ਜੀ ਇਹ ਕਹਿ ਰਹੇ ਹੈ, ਹਾਂ ਗੱਲ ਕਰ ਰਹੇ ਭਾਈ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਇਹ ਬਚਨ ਕਰਦੇ ਆ ਕਿ ਅਧਿਆਤਮ ਮਾਰਗ ਨਾਮ ਦਾ ਮਾਰਗ ਹੈ, ਨਾਮ ਦੇ ਮਾਰਗ ਤੇ ਤੁਰਨਾ, ਵਾਹਿਗੁਰੂ ਦੇ ਪ੍ਰੇਮ ਦੇ ਮਾਰਗ ਤੇ ਤੁਰਨਾ, ਜਿਹਨੇ ਵਾਹਿਗੁਰੂ ਦੇ ਪ੍ਰੇਮ ਦੇ ਮਾਰਗ ਤੇ ਤੁਰਨਾ ਉਹਦਾ ਸਿਰ ਤਲੀ ਤੇ ਧਰਨਾ ਹੋਣਾ ਚਾਹੀਦਾ ਹੈ, ਕਿਉਂਕਿ ਬਾਬਰ ਆਉਂਦਾ, ਬਾਬਰ ਮਾਸੂਮ ਲੋਕਾਂ ਦਾ ਕਤਲੇਆਮ ਕਰਦਾ, ਉਹਨਾਂ ਲੋਕਾਂ 'ਚ ਰੱਬ ਵੱਸਦਾ। ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦੇ ਆ, ਤੂੰ ਪਾਪ ਕੀ ਜਾਂਜਲਾ ਕਾਬਲੋ ਧਾਇਆ, ਜੋਰੀ ਮੰਗੇ ਦਾਨਵੇ ਲਾ ਲਓ। ਜਿੱਥੇ ਉਹ ਸ਼ਬਦ ਪੂਰਾ ਹੁੰਦਾ ਗੁਰੂ ਨਾਨਕ ਸਾਹਿਬ ਦਾ ਬਚਨ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਬੇਲਾ ਦਾ ਮਤਲਬ ਵੈਸੇ ਟਾਈਮ ਹੁੰਦਾ, ਪਰ ਇੱਥੇ ਟਾਈਮ ਨਹੀਂ ਗਾ, ਇੱਥੇ ਹੈ ਮੌਕਾ। ਸੱਚ ਕੀ ਬਾਣੀ ਨਾਨਕ ਆਖਿਆ, ਜਿਹੜਾ ਸੱਚ ਬੋਲਣ ਦਾ ਮੌਕਾ ਹੈ ਨਾ, ਉਦੋਂ ਸੱਚ ਸੁਣਾਇਆ। ਜਿਸ ਵੇਲੇ ਕਤਲੇਆਮ ਹੋਇਆ ਉਦੋਂ ਸੱਚ ਸੁਣਾਇਆ। ਇਹ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਦਾ ਰਾਹ ਹੈ। ਬਾਬਰ ਆਇਆ, ਜੋ ਕਰਦਾ ਕਰੇ, ਨਹੀਂ ਕਰਦਾ ਨਾ ਕਰੇ, ਉਹ ਜਾਬਰ ਹੈ ਤੇ ਉਹਨੂੰ ਜਾਬਰ ਕਹਿਣਾ। ਇਹ ਪ੍ਰੇਮ ਦਾ ਜਿਹੜਾ ਅਧਿਆਤਮ ਦਾ ਸਿੱਖੀ ਦਾ ਮਾਰਗ ਹੈ। ਹੁਣ ਜਿਹੜਾ ਅਧਿਆਤਮ ਦਾ ਇਹ ਸਿੱਖੀ ਦਾ ਮਾਰਗ ਹੈ, ਇਹਦੇ ਚ ਵਰਨ ਵੰਡ ਦਾ ਸਿਧਾਂਤ ਮੂਲੋਂ ਮੁੱਢੋਂ ਰੱਦ ਹੁੰਦਾ ਹੈ। ਵਰਨ ਵੰਡ ਦਾ ਸਿਧਾਂਤ ਜੋ ਰੱਦ ਹੁੰਦਾ, ਸਿੱਖੀ ਜਿਹੜੀ ਹੈ ਉਹ ਹਿੰਦੂ ਅਧਿਆਤਮ ਤੋਂ ਵੱਖਰੀ ਵੀ ਹੈ, ਉਹਦੇ ਉਲਟ ਵੀ ਹੈ। ਜਦੋਂ ਹਿੰਦੂ ਕਹਿੰਦੇ ਆ ਅਖੀਰਲਾ ਸੈਂਟੈਂਸ, ਜਦੋਂ ਹਿੰਦੂ ਕਹਿੰਦੇ ਆ ਜਿਹੜੀਆਂ ਬਾਹਰਮੁਖੀ ਖਰਾਬੀਆਂ ਉਹ ਸਮੇਂ ਨਾਲ ਕਰਪਸ਼ਨ ਹੋਣ ਕਰਕੇ ਆ ਗਈਆਂ, ਵੈਸੇ ਸਾਡੀ ਫਿਲਾਸਫੀ ਬਹੁਤ ਉੱਚੀ ਸੁੱਚੀ ਹੈ। ਭਾਈ ਸਭ ਤੋਂ ਪੁਰਾਣਾ ਹਿੰਦੂ ਸਕ੍ਰਿਪਚਰ ਰਿਗਵੇਦ ਹੈ। ਰਿਗਵੇਦ ਦੇ 10ਵੇਂ ਮੰਡਲ 'ਚ ਪੁਰਸ਼ ਸੂਕਤ ਹੈ। ਜਿਹੜੀਆਂ ਬਾਹਰਲੀਆਂ ਖਰਾਬੀਆਂ ਉਹਨਾਂ ਦੀ ਸਪਿਰਚੁਅਲ ਅਤੇ ਫਿਲੋਸੋਫੀਕਲ ਫਾਊਂਡੇਸ਼ਨ ਪੁਰਸ਼ ਸੂਕਤ ਦੇ ਵਿੱਚ ਪਈ ਹੈ। ਇਹ ਖਰਾਬੀਆਂ ਬਾਅਦ 'ਚ ਬਿਲਕੁਲ ਨਹੀਂ ਆਈਆਂ, ਇਹ ਖਰਾਬੀਆਂ ਮੁੱਢ ਦੇ ਵਿੱਚ
ਹਿੰਦੂ ਮਤ ਦੀ ਬੁਨਿਆਦ ਰਿਗਵੇਦ ਦੇ ਵਿੱਚ ਪਈਆਂ, ਜੋ ਕੁਛ ਇਹਦੇ ਮੁੱਢ ਦੇ ਵਿੱਚ ਪਿਆ ਉਹਨੂੰ ਬੁਨਿਆਦੀ ਤੌਰ 'ਤੇ ਰੱਦ ਕਰਕੇ ਹਰ ਬੰਦੇ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਪਛਾਣ ਕੇ, ਉਹਦੀ ਪਛਾਣ ਕਰਾ ਕੇ ਬੰਦੇ ਨੂੰ, ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਬੰਦਿਓ ਲੋਕੋ ਆਪਣਾ ਮੂਲ ਪਛਾਣੋ। ਮੇਰੀ ਆਰਗੂਮੈਂਟ ਫਿਨਿਸ਼ ਹੋ ਗਈ। ਹੁਣ ਗਿਆਨੀ ਜੀ ਜਿੰਨਾ ਸਮਾਂ ਚਾਹੁਣ ਉਹ ਲੈ ਸਕਦੇ ਆ। ਗੱਲ ਖਤਮ ਕਰਨ ਤੋਂ ਪਹਿਲਾਂ ਮੇਰਾ ਗਿਆਨੀ ਜੀ ਨੂੰ ਸਵਾਲ ਹੈ, ਇਸ ਆਰਗੂਮੈਂਟ ਦੀ ਰੋਸ਼ਨੀ 'ਚ ਤੁਸੀਂ ਕਿਵੇਂ ਕਿਹਾ ਕਿ ਸਿੱਖੀ ਦਾ ਅਧਿਆਤਮ ਅਤੇ ਹਿੰਦੂਆਂ ਦਾ ਅਧਿਆਤਮ ਇੱਕੋ ਆ? ਹਾਂ ਦੇਖੋ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਵਿਚਾਰਿਆ। ਵੇਦਾਂ ਵਿੱਚ ਨਾਮ ਦੀ ਮਹਿਮਾ ਜਿਹੜੀ ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਆਧਾਰ ਤੇ ਸਿੱਖੀ ਦਾ ਹਿੰਦੂ ਮਤ ਨਾਲੋਂ ਵੱਖਰਾ ਪਾਣ ਵੀ ਉਹ ਕਿੱਧਰ ਗਈ ਗੱਲ ਬਣ? ਥੋੜਾ ਮੰਨ ਲੈਣਾ ਸੀ ਗੁਰੂ ਨਾਨਕ ਦੇਵ ਜੀ ਦਾ ਮੰਨਣਾ ਹੈ, ਮੇਰਾ ਮੈਂ ਤਾਂ ਕੁਛ ਹੈ ਹੀ ਨਹੀਂ, ਤੁਸੀਂ ਆਪ ਵਿੱਚ ਬੋਲੀਏ ਨਾ ਭਾਈ ਜੀ, ਦੇਖੋ ਆਪਾਂ ਸਾਰੇ ਸਿਆਣੇ ਆ ਇੱਥੇ। ਬਾਬਾ ਜੀ ਤੁਸੀਂ ਨਾਮ ਦੀ ਅਦਾ ਤੇ ਅਧਿਆਤਮ ਦੀ ਗੱਲ ਕਰਦੇ, ਨਾਮ ਦੀ ਗੱਲ ਦੇ, ਨਾਮ ਕਹਿੰਦਾ ਨਾਮ ਹੈ। ਹੁਣ ਆਪ ਜੀ ਸ਼ਾਂਤ ਕਹਿ ਕੇ ਬਹਿ ਜਾਓ, ਅਭੀ ਬੋਲਣ ਦਾ ਬਹਿ ਗਿਆ ਜੀ। ਦੇਖੋ ਸਾਡਾ ਜਿਹੜਾ ਕੱਲ ਮੈਂ ਇੰਟਰਵਿਊ ਦਿੱਤੀ ਹੈ ਨਾ, ਉਹ ਸਾਰੀ ਗੱਲ ਮੈਂ ਆਪਣਾ ਪੱਖ ਪੇਸ਼ ਕਰ ਦਿੱਤਾ, ਪਰ ਇਹ ਹੁਣ ਜਾਣ ਬੁੱਝ ਕੇ ਜੇ ਆਪਾਂ ਨੂੰ ਨਾ ਸਮਝੀਏ ਜਾਂ ਅਸੀਂ ਇਹਨਾਂ ਦੀ ਗੱਲ ਨੂੰ ਨਾ ਸਮਝੀਏ, ਜਾਂ ਹੋ ਸਕਦਾ ਸਾਡੇ ਦਿਮਾਗ 'ਚ ਵੀ ਨਾ ਆਉਂਦੀ ਹੋਵੇ, ਇਹ ਵੀ ਮੈਂ ਉਸ ਜਿੰਨਾ ਜੇ ਬੋਲੇ ਆ ਸਕਦਾ, ਹੋ ਸਕਦਾ ਸਾਰੀ ਗੱਲ ਸਾਡੇ ਦਿਮਾਗ 'ਚ ਨਾ ਫਿੱਟ ਬੈਠੀ ਹੋਵੇ, ਅਤੇ ਮੇਰੀ ਗੱਲ ਵੀ ਸ਼ਾਇਦ ਉਹਦੇ ਫਿੱਟ ਨਾ ਬੈਠੇ। ਕੁਦਰਤੀ ਗੱਲ ਹੈ, ਹਰ ਇੱਕ ਬੰਦੇ ਨੂੰ ਆਪ ਆਪਣੀ ਬੁੱਧ ਹੈ, ਜਿੱਦੀ ਵਾਹਿਗੁਰੂ ਨੇ ਜੈਸੀ ਉਹ ਸੋਚ ਦਿੱਤੀ ਉਹਦੇ ਮੁਤਾਬਕ ਸੋਚਦਾ। ਇਹਨਾਂ ਨੇ ਪਹਿਲਾਂ ਆਇਆ ਗੱਲ ਆਪ ਵੀ ਮੰਨੀ ਹੈ ਵੀ ਕੁਛ ਪੱਖ ਹੁੰਦੇ ਆ ਬੰਦੇ ਦੇ, ਕੁਛ ਇਮੋਸ਼ਨਲ ਭਾਵ ਜੁੜੇ ਹੁੰਦੇ ਕਿਸੇ ਤਰੀਕੇ ਨਾਲ, ਕੋਈ ਸੰਪਰਦਾਇ ਵਿੱਦਿਆ ਨਾਲ। ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸੇ ਪ੍ਰਮਾਣ ਆ ਜਾਂਦਾ ਵੀ ਵੇਦਾਂ ਮੈਂ ਨਾਮ ਉੱਤਮ, ਅਤੇ ਜਦੋਂ ਅਸੀਂ ਕਥਾ ਕਰਨ ਲੱਗਦੇ ਹਾਂ ਵੀ ਵੇਦਾਂ ਵਿੱਚ ਵੀ ਨਾਮ ਹੀ ਮੁੱਖ ਹੈ, ਤਾਂ ਉਸ ਵੇਲੇ ਇੱਕ ਲਾਣਾ ਉੱਠਦਾ, ਉਹ ਕਹਿੰਦਾ ਇਹ ਵੇਦਾਂ ਦਾ ਨਾਂ ਕਿਉਂ ਲੈ ਤਾ ਗੁਰਦੁਆਰੇ 'ਚ? ਸਾਡੀ ਉਹਨਾਂ ਨਾਲ ਟੱਕਰ ਹੈ, ਤੁਹਾਡੇ ਨਾਲ ਕੋਈ ਮਤਭੇਦ ਨਹੀਂ ਸਾਡਾ ਭਾਈ ਸਾਹਿਬ, ਤੁਹਾਡੇ ਨਾਲ ਤੁਹਾਡੀ ਵਿਆਖਿਆ 'ਤੇ ਕੋਈ ਸਾਡਾ ਕੋਈ ਆਪੱਤੀ ਨਹੀਂ, ਪਰ ਸਾਨੂੰ ਉਸ ਗੱਲ 'ਤੇ ਆਪੱਤੀ ਹੈ ਵੀ ਕਿਉਂ ਸਾਡੇ ਹਰ ਗੱਲ 'ਤੇ ਹਿੰਦੂਵਾਦ ਲਾ ਕੇ ਸਾਡੀ ਵਿਆਖਿਆ ਰੁਕੀ ਜਾਂਦੀ ਹੈ? ਇਹਦਾ ਤੁਸੀਂ ਜਵਾਬ ਦਿਓ, ਸਾਡਾ ਇੰਨਾ ਸਵਾਲ ਹੈ, ਆਹ ਮਸਲਾ ਸਾਡਾ। ਥੋੜ੍ਹਾ ਜਦੋਂ ਆਪਾਂ ਰਿਗਵੇਦ ਸ਼ਬਦ ਨੂੰ ਟਰਾਂਸਲੇਟ ਕਰਦੇ ਹਾਂ, ਉਹਦਾ ਮਤਲਬ ਹੈ ਬੁੱਕ ਆਫ ਰਿਗ, ਸਾਮ ਵੇਦ ਬੁੱਕ ਆਫ ਸਾਮ, ਅਥਰਵ ਵੇਦ ਬੁੱਕ ਆਫ ਅਥਰਵ। ਵੇਦ ਦਾ ਮਤਲਬ ਹੈ ਕਿਤਾਬ, ਪਰ ਵੇਦ ਮਤਲਬ ਸਿਰਫ ਕਿਤਾਬ ਨਹੀਂ ਗਾ, ਵੇਦ ਦਾ ਮਤਲਬ ਗਿਆਨ ਵੀ ਹੈ। ਜਿੱਥੇ ਵੀ ਗੁਰਬਾਣੀ ਦੇ ਵਿੱਚ ਵੇਦ ਸ਼ਬਦ ਆਇਆ ਉਹ ਹਿੰਦੂਆਂ ਦੇ ਚਾਰ ਵੇਦਾਂ ਦਾ ਰੈਫਰੈਂਸ ਨਹੀਂ ਗਾ, ਜਿਵੇਂ ਹੁਣ ਜਪਜੀ ਸਾਹਿਬ ਦੇ ਵਿੱਚ ਹੈ ਅਹਿਰਣ ਮਤ ਵੇਦ ਹਥਿਆਰ, ਜਿਹੜਾ ਹਥਿਆਰ ਹਥੌੜਾ ਸ਼ੇਪ ਕਰਦਾ ਹੈ ਉਹ ਵੇਦ ਹੈ, ਉੱਥੇ ਵੇਦ ਦਾ ਮਤਲਬ ਗਿਆਨ ਹੈ। ਸੋ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਮੈਂ ਤੁਹਾਡੀ ਜਿਹਨੂੰ ਵਿਆਖਿਆ ਨੂੰ ਟੇਢ ਦੇਣ ਲੱਗਿਆ ਉਹ ਟੇਢ ਨਹੀਂ ਦੇ ਰਿਹਾ ਮੈਂ। ਇਹਦੇ ਵਿੱਚ ਇੱਕ ਸ਼ਬਦ ਮੈਂ ਮੈਨੂੰ ਆ ਗਿਆ ਯਾਦ,
ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਇਹ ਤੁਹਾਨੂੰ ਕੀ ਲੱਗਦਾ ਵੀ ਕਿਹਦੇ ਬਾਬਤ ਆ? ਆਪਣੇ ਉਹਨਾਂ ਲੋਕਾਂ ਵਾਸਤੇ ਹੀ ਆ ਜਿਹੜੇ ਵਿਚਾਰ ਨਹੀਂ ਕਰਦੇ। ਜਿਹੜਾ ਸ਼ਬਦ ਆ ਬੇਦ ਕਤੇਬ ਕਹੋ ਮਤ ਝੂਠੇ, ਤੁਸੀਂ ਇੱਕ ਬਾਣੀ ਪੰਕਤੀ ਵੀ ਗੁਰਮਤ ਰਾਮ ਨਾਮ ਕਹੋ ਮੀਤਾ ਪਰਣਵੈ ਨਾਮਾ ਇਉਂ ਕਹਿ ਗੀਤਾ, ਤੂੰ ਨਾਮ ਜਪ ਕੀਤਾ ਇਹ ਗੱਲ ਕਹਿੰਦੀ ਹੈ। ਜਦੋਂ ਇਹ ਗੱਲ ਕਹਿਣ ਲੱਗਦੇ ਹਾਂ ਉਸੇ ਵੇਲੇ ਮੁੱਦਾ ਗੀਤਾ ਦਾ ਨਾਮ ਕਿਉਂ ਆ ਗਿਆ? ਇਹ ਚੀਜ਼ ਸਾਨੂੰ ਪ੍ਰੋਬਲਮ ਹੈ, ਸਾਨੂੰ ਵੀਰ ਦੀ ਇਹ ਪ੍ਰੋਬਲਮ ਨਹੀਂ ਹੈ ਕਿ ਅਸੀਂ ਉਹਨਾਂ ਦੇ ਮਤਲਬ ਅਸੀਂ ਹਿੰਦੂਵਾਦ ਦੇ ਵੇਦਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਦਾ ਪ੍ਰਕਾਸ਼ ਕਰ ਲਿਆ ਜਾਂ ਅਸੀਂ ਗੀਤਾ ਦਾ ਪ੍ਰਕਾਸ਼ ਕਰ ਲਿਆ ਜਾਂ ਅਸੀਂ ਇਹ ਗੱਲ ਤਾਂ ਇਹਨਾਂ ਚੀਜ਼ਾਂ ਦਾ ਜਦੋਂ ਹਵਾਲਾ ਦਿੰਦੇ ਹਾਂ ਅਸੀਂ ਵਿਆਖਿਆ ਕਰਦੇ ਹਾਂ ਉਸ ਵੇਲੇ ਸਾਡੇ ਸਾਹਮਣੇ ਆਹ ਪ੍ਰੋਬਲਮ ਖੜੀ ਜਾਂਦੀ ਹੈ ਵੀ ਆਰ ਐਸ ਐਸ ਦੇ ਬੰਦੇ ਆਏ। ਓਕੇ ਮੈਂ ਗੱਲ ਕਰਾਂ, ਹਾਂ ਇਹ ਮਸਲਾ ਮੈਂ ਬੜੀ ਗੱਲ ਕਰਾਂ। ਹਾਂਜੀ ਦੇਖੋ ਤੁਸੀਂ ਮੈਨੂੰ ਕਿਹਾ ਵੀ ਮੈਂ ਵਿਆਖਿਆ ਨੂੰ ਟੇਢ ਦੇ ਰਿਹਾ, ਵੇਦ ਵਾਲੀ ਗੱਲ ਜਿਹੜੀ ਵੀ ਗੱਲ ਤੇ ਟੇਢ ਤਾਂ ਮੈਂ ਕਦੇ ਨਹੀਂ ਦਿੰਦਾ ਜਾਣ ਬੁੱਝ ਕੇ। ਆਪ ਜੀ ਨੇ ਵਚਨ ਸਾਰੇ ਸੁਣਿਆ ਬਈ, ਆਪ ਜੀ ਨੇ ਕਿਹਾ ਵੀ ਉਹ ਵੇਦ ਦਾ ਅਰਥ ਹਿੰਦੂਆਂ ਵਾਲਾ ਨਹੀਂ ਹੈ। ਮੈਂ ਟੇਢ ਨਹੀਂ ਦੇ ਰਿਹਾ, ਦੇਖੋ ਮੈਂ ਆਪਣੇ ਸਮਝ ਮੁਤਾਬਕ ਵਿਆਖਿਆ ਕਰਦਾ। ਗਿਆਨ ਆਇਆ ਤੇ ਜਿੱਥੇ ਟੇਢ ਜਿਹੜੀ ਮਿਸਇੰਟਰਪ੍ਰੀਟੇਸ਼ਨ ਹੈ, ਮੈਂ ਮਿਸਇੰਟਰਪ੍ਰੀਟੇਸ਼ਨ ਨਹੀਂ ਕਰਦਾ। ਰਿਕ ਵੇਦ ਜਦ ਅਥਰ ਬਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ, ਏਦਾਂ ਦੀ ਜਿਹੜੀ ਪੰਕਤੀਆਂ ਉੱਥੇ ਵੇਦ ਦਾ ਅਰਥ ਵੇਦ ਹੀ ਹੋਏਗਾ ਨਾ ਸਿੰਘ ਸਾਹਿਬ ਜੀ, ਉੱਥੇ ਤਾਂ ਵੇਦ ਦਾ ਹੀ ਉਹ ਵੀ ਵੇਦ ਹੋਏਗਾ ਜਿਹਦੇ ਨਾਮ ਆਏ। ਓਕੇ ਮੈਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਇਹ ਹੈ ਕਿ ਇਸ ਗੱਲ ਬਾਰੇ ਕੋਈ ਦੁਬਧਾ ਨਹੀਂ ਕਿ ਰਿਗਵੇਦ ਦੇ ਵਿੱਚ ਵਰਨ ਆਸ਼ਰਮ ਦੀ ਫਾਊਂਡੇਸ਼ਨ ਪਈ ਹੈ। ਇਸ ਗੱਲ ਦੇ ਵਿੱਚ ਕੋਈ ਦੁਬਧਾ ਨਹੀਂ, ਪੂਰੀ ਹੋ ਲੈਣ ਦਿਓ ਨਹੀਂ ਮੈਂ ਚੁੱਪ ਕਰ ਦਿੰਦਾ। ਤੁਸੀਂ ਤਾਂ ਚੁੱਪ ਕਰੋ ਹੀ, ਤੁਸੀਂ ਤਾਂ ਪੱਕੀ ਚੁੱਪ ਕਰੋ, ਗਿਆਨੀ ਨੂੰ ਮੈਨੂੰ ਗੱਲ ਕਰਨ ਦਿਓ, ਤੁਸੀਂ ਤਾਂ ਬੋਲੋ ਹੀ ਨਾ ਬਿਲਕੁਲ ਵੀ। ਮੈਂ ਤਾਂ ਬੋਲ ਹੀ ਨਹੀਂ, ਆਪ ਜੀ ਬੋਲ ਰਹੇ ਚੁੱਪ ਗੱਲ ਹੋਈ ਮੈਨੂੰ ਦੱਸ ਦਿਓ, ਬਾਅਦ ਬੋਲੂਗਾ ਮੈਂ। ਆਪਣੀ ਸੋਚ ਦਾ ਹੀ ਬਿਲਕੁਲ ਕੋਈ ਫਰਕ ਕੋਈ ਨਹੀਂ, ਸੋਚਣ ਦਾ ਢੰਗ ਵੱਖਰਾ ਵੱਖਰਾ। ਉਹ ਹੁਣ ਜਿਵੇਂ ਇਹ ਬਚਨ ਕਰ ਰਹੇ ਵੀ ਵੇਦਾਂ ਦੇ ਵਿੱਚ ਉਹਦਾ ਬੀਜ ਰੱਖੇ ਹੋਏ ਆ ਜਿਹੜੇ ਜਿਹੜੇ ਬ੍ਰਾਹਮਣਵਾਦ ਦੀਆਂ ਕਮਜ਼ੋਰੀਆਂ ਨੇ ਜਿਹੜੀ ਉਹਦੀ ਗੱਲ ਕਰ ਰਹੇ ਨਾ। ਚੱਲ ਵੇਦਾਂ 'ਚ ਲਿਖਿਆ ਵੀ ਕੇਸ ਮਨਾਏ ਜਾਣ, ਸਿਰ ਮਨਾਏ ਜਾਣ। ਤੁਸੀਂ ਆਪਣੀ ਗੱਲ ਪੂਰੀ ਹੋ ਗਈ ਦੱਸ ਦਿਓ, ਮੈਂ ਤੁਹਾਨੂੰ ਸਵਾਲ ਪੁੱਛਿਆ। ਜਦੋਂ ਮੈਂ ਬੋਲਣ ਲੱਗਿਆ ਮੇਰੀ ਬੇਨਤੀ, ਹਾਂ ਪੜ੍ਹੇ ਮੈਂ, ਦੱਸੋ ਪੜ੍ਹੇ ਮੈਂ, ਉਪਨਿਸ਼ਦ ਵੀ ਹੈ, ਧਰਮ ਸੂਤਰ ਵੀ ਪੜ੍ਹਿਆ ਮੈਂ, ਸਾਰਾ ਕੁਛ ਹੈ। ਕੇਸ ਕੱਟਣ ਬਾਰੇ ਲਿਖਿਆ, ਮੇਰੀ ਗੱਲ ਸੁਣ ਲਓ, ਜਦੋਂ ਤੁਹਾਡੀ ਗੱਲ ਫਿਨਿਸ਼ ਹੋ ਗਈ ਮੈਂ ਉਦੋਂ ਬੋਲੂੰਗਾ, ਜਦੋਂ ਬੋਲਣ ਲੱਗਿਆ ਮੈਨੂੰ ਗੱਲ ਫਿਨਿਸ਼ ਕਰ ਲੈਂਦੇ ਹੋ। ਜਿੰਨਾ ਚਿਰ ਤੁਸੀਂ ਗਿਆਨੀ ਜੀ ਗੱਲ ਕਰਨੀ ਚਾਹੁੰਦੇ ਹੋ ਬੋਲਣ ਦਿਓ, ਖਾਲਸਾ ਜੀ ਬਾਬਾ ਜੀ ਜਦੋਂ ਵੀ ਗੱਲ ਹੁੰਦੀ ਹੈ ਬਾਬਾ ਜੀ ਜਦੋਂ ਵੀ ਗੱਲ
ਮੈਂ ਬਹੁਤ ਕੁਇਕਲੀ ਗੱਲ ਨਿਬੇੜ ਦੂੰ। ਹੁਣ ਪਹਿਲਾਂ ਵਾਲੀ ਗੱਲ, ਪਹਿਲਾਂ ਇੰਟਰੋਡਕਸ਼ਨ ਦੇਣੀ ਸੀ, ਗੱਲ ਹੋਰ ਸੀ, ਹੁਣ ਬਹੁਤ ਕੁਇਕ ਹੋਊਗੀ ਗੱਲ। ਦੇਖੋ ਮੈਂ ਗੱਲ ਕਹੀ ਸੀ ਵਰਨ ਆਸ਼ਰਮ ਰਿਗਵੇਦ ਦਾ ਹਿੱਸਾ, ਜਿਹ 'ਚ ਕੋਈ ਸ਼ੱਕ ਨਹੀਂ। ਵਰਨ ਆਸ਼ਰਮ ਹਿੰਦੂ ਆਈਡੀਆ ਆਫ ਧਰਮਾ ਦੀ ਫਾਊਂਡੇਸ਼ਨ ਹੈ, ਇਹ 'ਚ ਕੋਈ ਸ਼ੱਕ ਨਹੀਂ। ਹਿੰਦੂ ਆਈਡੀਆ ਆਫ ਧਰਮਾ ਧਰਮ ਸੂਤਰਾਂ ਅਤੇ ਧਰਮ ਸ਼ਾਸਤਰਾਂ ਦੇ ਵਿੱਚ ਗੌਤਮ ਅਤੇ ਮਾਨਵ ਵਰਗਿਆਂ ਨੇ ਉਹਦੀ ਵਿਆਖਿਆ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਮਨੁੱਖ ਦਾ ਅਤੇ ਅਕਾਲ ਪੁਰਖ ਦਾ ਜਿਹੜਾ ਰਿਸ਼ਤਾ ਦਰਸਾਇਆ, ਉਹ ਰਿਸ਼ਤੇ ਦੇ ਵਿੱਚੋਂ ਪੂਰੀ ਦੀ ਪੂਰੀ ਮਨੁੱਖ ਜਾਤੀ ਨੂੰ ਇੱਕ ਬੁਨਿਆਦੀ ਤੌਰ 'ਤੇ ਪਵਿੱਤਰ ਨਾਮ ਦੇ ਮਾਰ ਨਾਮ ਦੇ ਮਾਰਗ 'ਤੇ ਚੱਲਣ ਦੀ ਹੱਕਦਾਰ ਦਰਸਾਇਆ। ਉਹ ਆਈਡੀਆ ਵੇਦਾਂ ਦੇ, ਧਰਮ ਸੂਤਰਾਂ ਦੇ, ਉਪਨਿਸ਼ਦਾਂ ਦੇ ਸਾਰੇ ਫਿਲੋਸੋਫੀਕਲ ਸਟੈਂਡ ਪੁਆਇੰਟ ਦੇ ਖਿਲਾਫ ਹੈ। ਨਵਾਂ ਆਈਡੀਆ ਜਿਹੜੇ ਆਪਾਂ ਥਾਂ ਥਾਂ ਤੋਂ ਰੈਫਰੈਂਸ ਕੱਢ ਕੇ ਲੈ ਆਉਂਦੇ ਹਾਂ, ਇਹਦੇ ਬਾਰੇ ਦੱਸੋ, ਇਹਦੇ ਬਾਰੇ ਦੱਸੋ, ਉਹ ਨਹੀਂ ਗੱਲ। ਜਿਹੜੀ ਬੇਸਿਕ ਫਿਲੋਸੋਫੀਕਲ ਡਿਫਰੈਂਸ ਹੈ ਜਿਹੜਾ ਸਿੱਖ ਅਧਿਆਤਮ ਨੂੰ ਵੱਖਰਾ ਦਰਸਾਉਂਦਾ ਹੈ, ਆਪਾਂ ਉਹਦੇ ਬਾਰੇ ਗੱਲ ਕਰੀਏ। ਮੈਨੂੰ ਤੁਹਾਡੇ ਇਤਰਾਜ਼ ਹੀ ਕੋਈ ਨੀ ਹੋਰ। ਜੇ ਤੁਸੀਂ ਵਿਦਵਾਨ ਹੈ ਇਹ ਚੰਗੀ ਗੱਲ ਹੈ, ਜੇ ਤੁਸੀਂ ਸ਼ਾਸਤਰ ਵਿਦਿਆ ਸਿਖਾਉਂਦੇ ਆ ਇਹ ਚੰਗੀ ਗੱਲ ਹੈ, ਜੇ ਤੁਸੀਂ ਬਾਣਾ ਪਾ ਕੇ ਮਹਾਰਾਜ ਦਾ ਬਾਣਾ ਰੱਖਿਆ ਇਹ ਚੰਗੀ ਗੱਲ ਹੈ, ਮੈਂ ਤੁਹਾਡੇ ਖਿਲਾਫ਼ ਖੜੂੰਗਾ। ਜਿਹੜੀ ਇੱਕ ਗੱਲ ਤੇ ਮੈਨੂੰ ਇਤਰਾਜ਼ ਹੈ ਮੈਂ ਤਾਂ ਉਹੀ ਕਰਨੀ ਹੈ, ਦੂਜੀ ਗੱਲ ਮੈਂ ਕਰਨੀ ਨਹੀਂ। ਇਹ ਹੋਰ ਵੀ ਪਤਾ ਲੱਗੇ ਜਾ ਰਹੇ ਹੋ ਬਾਬਾ ਜੀ। ਐਕੜ 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 ਭਾਈ ਸਾਹਿਬ ਜੀ, ਆਪ ਜੀ ਨੇ ਕਿਹਾ ਹੁਣੇ ਕਿ ਜਿਹੜੀ ਗੱਲ ਤੇ ਇਤਰਾਜ਼ ਹੈ ਨਾ, ਗੱਲਾਂ 'ਚ ਕੁਐਸਚਨ ਆਨਸਰ ਤਾਂ ਹੁੰਦੇ ਹੀ ਆ। ਜਿਵੇਂ ਮੇਰਾ ਜੇ ਤੁਹਾਡੇ ਨਾਲ ਕੋਈ ਇਤਰਾਜ਼ ਹੈ, ਮੈਂ ਆਪ ਜੀ ਨੂੰ ਸਵਾਲ ਪੁੱਛੂੰਗਾ, ਆਪ ਜੀ ਮੈਨੂੰ ਸਵਾਲ ਪੁੱਛੋਗੇ, ਗਿਆਨੀ ਜੀ ਆਪ ਜੀ ਨੂੰ ਸਵਾਲ ਪੁੱਛਦੇ ਆ, ਆਪ ਜੀ ਉਹਨਾਂ ਨੂੰ ਪੁੱਛਦੇ, ਆਪ ਜੀ ਗੱਲ ਕਰੋ। ਐਕੜ ਭਾਈ ਸਾਹਿਬ ਵਨ ਸੈਕਿੰਡ, ਮੈਂ ਦੋ ਮਿੰਟ ਮੈਂ ਜਮਾਂ ਚੁੱਪ ਕਰ ਜਿਹੜਾ ਮੈਂ ਨਹੀਂ ਬੋਲਦਾ, ਠੀਕ ਹੈ। ਇਸ ਤੋਂ ਬਾਅਦ ਮੈਂ ਸਵਾਲ ਪੁੱਛਿਆ ਭਾਜੀ ਕੋਲੋਂ, ਬਈ ਵੇਦਾਂ ਦੇ ਵਿੱਚ ਬੁਰਾਈਆਂ ਦਾ ਬੀਜ ਸੀਗਾ ਤੇ ਕੇਸ ਕੱਟਣ ਵਾਲੀ ਬੁਰਾਈ ਦਾ ਵੀ ਬੀਜ ਹੈ ਸੀਗਾ ਵੇਦਾਂ 'ਚ? ਨਹੀਂ ਨਹੀਂ ਸੀ ਨਾ। ਨਹੀਂ, ਮੈਂ ਉਸ ਪਾਸੇ ਬਹਿਸ ਲਿਜਾਣੀ ਨਹੀਂ। ਸਿੱਖੀ ਦੀ ਅਧਿਆਤਮ ਦਾ ਛੋਲਿਆਂ ਦੀ ਮੋਟ ਲਾ ਕੇ ਚੰਗਾ ਸਿੱਖੀ ਦੀ ਅਧਿਆਤਮ ਗੱਲ ਕਰਦੇ ਨੇ। ਤੁਸੀਂ ਪੰਥ ਦਾ ਭਵਿੱਖ ਹੈ, ਹਾਂਜੀ ਬਿਲਕੁਲ, ਤੁਸੀਂ ਪੰਥ ਦੇ ਵਿਦਵਾਨ ਵੀ ਬਣਨਾ ਹੈ, ਪੰਥ ਦੀ ਅਗਵਾਈ ਵੀ ਕਰਨੀ ਹੈ, ਸਾਰਾ ਕੁਛ ਤੁਸੀਂ ਬਹੁਤ ਗੱਲਾਂ ਸਾਡੇ ਤੋਂ ਸਿਆਣੇ ਵੀ ਹੋ ਸਕਦੇ ਆ, ਸਾਨੂੰ ਬਹੁਤ ਕੁਛ ਸਿੱਖਣ ਦੀ ਲੋੜ ਵੀ ਹੋ ਸਕਦੀ ਹੈ, ਪਰ ਇੱਕ ਗੱਲ ਸੀਰੀਅਸ ਗੱਲ 'ਚ ਕਦੇ ਵੀ ਅਸਰ ਨਹੀਂ। ਇਹ ਗੱਲ ਗਲਤ ਹੈ, ਸੀਰੀਅਸ ਗੱਲ 'ਚ ਮੈਂ ਗਿਆਨੀ ਜੀ ਨੂੰ ਇਹ ਕਹਿ ਸਕਦਾ, ਗਿਆਨੀ ਜੀ ਮੈਂ ਸਹਿਮਤ ਨਹੀਂ, ਪਰ ਮੈਂ ਕਦੇ ਵੀ
ਹੱਸੂਗਾ ਨਹੀਂ। ਮਾਹੌਲ ਬਣਿਆ ਰਹਿਣ ਦਿਓ ਨੌਜਵਾਨੋ। ਦੂਜੀ ਗੱਲ ਗਿਆਨੀ ਜੀ ਜਿਹੜੇ ਹੈ, ਮੈਂ ਗਿਆਨੀ ਜੀ ਨੂੰ ਸਹਿਮਤ ਹੋਵਾਂ ਜਾਂ ਨਾ ਹੋਵਾਂ, ਮੈਂ ਮੰਨਦਾ ਗਿਆਨੀ ਜੀ ਵਿਦਵਾਨ, ਸਹਿਮਤੀ ਅਸਹਿਮਤੀ ਬਾਅਦ ਦੀ ਗੱਲ ਹੈ, ਜਿਹੜਾ ਵਿਦਵਾਨ ਹੈਗਾ ਉਹ ਹੈਗਾ। ਦੇਖੋ ਜਿਹੜੀ ਜਿਹੜਾ ਨੁਕਤਾ ਕਹਿੰਦਾ, ਮੇਰਾ ਤੁਹਾਡੇ ਨਾਲ ਕੋਈ ਨਿੱਜੀ ਮਤਭੇਦ ਨਹੀਂ, ਮੇਰਾ ਇੱਕ ਨੁਕਤਾ ਹੈ ਸਿੱਖੀ ਦਾ ਅਧਿਆਪਨ ਯਾਨੀ ਵਿਚਾਰਾਂ ਦਾ, ਸਿੱਖੀ ਦਾ ਇੱਕ ਵਿਚਾਰ, ਸਿੱਖੀ ਦਾ ਅਧਿਆਤਮ ਹਿੰਦੂਆਂ ਦੇ ਅਧਿਆਤਮ ਤੋਂ ਵੱਖਰਾ ਹੈ। ਸਿੱਖੀ ਦਾ ਅਧਿਆਤਮ ਦੀ ਵਿਆਖਿਆ ਕਰਨ ਲੱਗਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਦਾਂ ਵਾਲੀ ਹਿੰਦੂ ਮਤ ਦੀ ਪੋਜੀਸ਼ਨ ਦੇ ਉਲਟ ਪੋਜੀਸ਼ਨ ਲਈ ਹੈ, ਉਹਦਾ ਖੰਡਨ ਕੀਤਾ, ਨਵੀਂ ਲਈ ਤੋਰੀ ਹੈ। ਇਹ ਸਵਾਲ ਦਾ ਜਵਾਬ ਤੁਸੀਂ ਦਿੱਤਾ ਨਹੀਂ, ਤੁਸੀਂ ਹੋਰ ਪਾਸੇ ਗੱਲ ਜਾ ਰਹੇ ਹੋ। ਦੇਖੋ ਗਿਆਨੀ ਜੀ ਨੇ ਜਿੱਥੋਂ ਗੱਲ ਸ਼ੁਰੂ ਹੋਈ ਹੈ ਜੀ, ਦੇਖੋ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਨਾ, ਆਪਾਂ ਸਾਰੇ ਸਿੰਘ ਬੈਠੇ ਆ ਤੇ ਚਲੋ ਮੈਂ ਆਪਾਂ ਸਾਰੇ ਤੁਸੀਂ ਜਾਣਦੇ ਆ, ਮੇਰਾ ਇੱਕ ਸਵਾਲ ਆ, ਜਿਵੇਂ ਆਪ ਜੀ ਭਾਈ ਜੀ ਨੇ ਸਵਾਲ ਪੁੱਛੇ ਤੇ ਗਿਆਨ ਜੀ ਆਪ ਜੀ ਨੂੰ ਸਵਾਲ ਪੁੱਛ ਲੈਂਦੇ ਆ, ਅੱਜ ਤੱਕ ਮੈਂ ਉਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ, ਏਦਾਂ ਚਰਚਾ ਨਹੀਂ ਹੁੰਦੀ। ਮੈਂ ਫਿਨਿਸ਼ ਨਹੀਂ ਕੀਤਾ ਜਮਾਈ, ਚਰਚਾ ਏਦਾਂ ਨਹੀਂ ਹੁੰਦੀ ਮੇਰੇ ਚ, ਤੁਹਾਡੇ ਚ ਕੋਈ ਨੀ ਕਹਿੰਦਾ ਵੀ ਚਰਚਾ ਏਦਾਂ ਹੁੰਦੀ ਆ ਵੀ ਹਾਂ ਮੈਂ ਇੱਥੇ ਜਾਣਾ ਨੀ, ਮੈਂ ਇੱਥੇ ਰਹਿਣਾ ਵਾ। ਆਪ ਜੀ ਇਹਦਾ ਮਤਲਬ ਇਹ ਸਿੱਧਾ ਨਿਕਲਦਾ ਕਿ ਆਪ ਜੀ ਇੱਕ ਪੁਆਇੰਟ ਤੇ ਹੀ ਗੱਲ ਕਰਨਾ ਚਾਹੁੰਦੇ ਹੋ ਤੇ ਉਸ ਪੁਆਇੰਟ ਤੋਂ ਹਿੱਲਣਾ ਹੀ ਨਹੀਂ ਚਾਹੁੰਦੇ, ਕਿਉਂਕਿ ਆਪ ਜੀ ਆਪ ਫਿਨਿਸ਼ what I understand from this this talk this right now what I understand main abhi sare satkar jo mere waste ae nahi bhi assi kise tade to aaya to sare lasal ch rehne aa itthe hi milna muhmat te harik na lagna itthe bhai sahab ji jo main samjha va oh ehi aa ke aap ji da ek point aa te tusi ohi point de utte gal karna chahunde ho je ਕੋਈ ਵੀ ਜਾਂ ਗਿਆਨੀ ਜੀ ਆਪ ਜੀ ਨੂੰ ਹੋਰ ਸਵਾਲ ਪੁੱਛਦੇ ਨੇ ਉਹਨਾਂ ਦੀ ਵੀ ਕੋਈ ਗੱਲ ਹੋਊਗੀ। ਜਿਵੇਂ ਆਪ ਜੀ ਘੁੰਮ ਘੁਮਾ ਕੇ ਇੱਕ ਗੱਲ ਤੇ ਆਏ ਹੋ, ਇਹ ਵੀ ਘੁੰਮ ਘੁਮਾ ਕੇ ਗੱਲ ਤੇ ਆ ਸਕਦੇ ਨੇ। ਆਪ ਜੀ ਦੋਨੇ ਸਤਿਕਾਰ ਯੋਗ ਹੋ, ਜੇ ਸਵਾਲ ਪੁੱਛਦੇ ਨੇ ਮੈਂ ਗਿਆਨੀ ਜੀ ਦੀ ਸਾਈਡ ਨਹੀਂ ਪੂਰਦਾ, ਇਹ ਨਾ ਸਮਝੋ। ਨਹੀਂ ਮੈਂ ਜਵਾਬ ਨਹੀਂ ਆਪ ਜੀ ਨੂੰ ਪੁੱਛਿਆ, ਮੈਂ ਆਪ ਜੀ ਨੂੰ ਕੁਝ ਦੱਸ ਰਿਹਾ ਹਾਂ, ਬੇਨਤੀ ਕਰ ਰਿਹਾ ਆਪ ਜੀ ਨੂੰ, ਮੈਂ ਕੋਈ ਕੁਐਸਚਨ ਨਹੀਂ ਆ ਕੇ ਹਾਂਜੀ ਭਾਈ ਸਾਹਿਬ ਮੈਂ ਫਿਰ ਹਾਂਜੀ ਸਪਸ਼ਟ ਹੋ ਗਈ, ਮੈਂ ਸਟੇਟਮੈਂਟ ਪੂਰੀ ਕਰ ਦਾ। ਮੇਰਾ ਕਹਿਣ ਦਾ ਭਾਵ ਇਹ ਆ ਜੇ ਗਿਆਨ ਜੀ ਸਵਾਲ ਪੁੱਛਦੇ ਨੇ ਬਸ ਜਵਾਬ ਦੇ ਦਿਓ, ਕਿਉਂਕਿ ਜਦੋਂ ਆਪਾਂ ਮੰਥਨ ਕਰਾਂਗੇ ਨਾ ਵਿਚਾਰਾਂ ਚੋਂ ਵਿਚਾਰ ਨਿਕਲਣੇ। ਆ ਬੈਠੋ ਆਪ ਜੀ ਪੈਸੇ ਚਾਂਦ ਜੀ ਮੈਂ ਬੈਠੇ ਤੇ ਲੱਤਾਂ ਜਿੱਤੀ ਹੈਗਾ। ਹੁਣ ਮੈਂ ਗੱਲ ਕਰਾਂ? ਬਿਲਕੁਲ ਜੀ ਕਰੋ। ਓਕੇ, ਤੁਸੀਂ ਬਹੁਤ ਵਧੀਆ ਨੁਕਤਾ ਉਠਾਇਆ। ਗਿਆਨੀ ਜੀ ਨੇ ਜਦੋਂ ਇੰਟਰਵਿਊ ਦਿੱਤੀ, ਹਾਂਜੀ, ਗਿਆਨੀ ਜੀ ਨੇ ਉਸ ਇੰਟਰਵਿਊ ਦੇ ਵਿੱਚ ਇਹ ਆਖਿਆ ਕਿ ਜਿਹੜੀਆਂ ਬਾਹਰ ਮੁਖੀ ਹਿੰਦੂਆਂ ਦੇ ਵਿੱਚ ਫਰਕ ਹੈ ਉਹ ਤਾਂ ਅਸੀਂ ਮੰਨਦੇ ਹਾਂ ਕਿ ਫਰਕ ਹੈਗਾ, ਮੈਨੂੰ ਗੱਲ ਉਹ ਤਾਂ ਮੰਨਦੇ ਹਾਂ ਅਸੀਂ ਮੰਨਦੇ। ਜਿੱਥੇ ਅਧਿਆਤਮ ਦੀ ਗੱਲ ਆਉਂਦੀ ਹੈ ਜੀ, ਉੱਥੇ ਇੱਕੋ ਆ, ਇੱਕੋ ਨਹੀਂ ਮੈਂ ਇੱਕ ਬਾਬਾ ਜੀ ਹਾਂਜੀ, ਜਿੱਥੇ ਅਧਿਆਤਮ ਦੀ ਗੱਲ ਆਉਂਦੀ ਹੈ ਉੱਥੇ ਇੱਕੋ ਆ। ਮੈਂ ਰਿਗਵੇਦ ਤੇ ਧਰਮ ਸੂਤਰਾਂ ਦੀ ਸ਼ਰੂਤੀ ਤੇ ਸਮ੍ਰਿਤੀ ਦੀ ਟ੍ਰੈਡੀਸ਼ਨ ਦੀ ਹਿੰਦੂ ਮਤ ਦੀ ਫਾਊਂਡੇਸ਼ਨ ਦੀ ਵਿਆਖਿਆ ਕਰਕੇ ਇਹ ਕਿਹਾ ਕਿ ਗੁਰੂ ਮਹਾਰਾਜ ਦੀ ਬਾਣੀ ਦੇ ਆਧਾਰ ਤੇ ਇਹ ਗੱਲ ਠੀਕ ਨਹੀਂ
ਕਿ ਅਧਿਆਤਮ ਦੇ ਪੱਧਰ ਤੇ ਇੱਕੋ ਆ, ਤੁਸੀਂ ਕਿਵੇਂ ਸਮਝਦੇ ਇੱਕੋ ਆ? ਇਹ ਆ ਬੁਨਿਆਦੀ ਸਵਾਲ ਜਿਹੜਾ ਜਵਾਬ ਨਹੀਂ ਆ। ਦੇਖੋ ਸਵਾਲ ਨਹੀਂ, ਤੁਸੀਂ ਸਵਾਲ ਕਰ ਨਹੀਂ ਨਾ ਸਕੇ, ਤੁਸੀਂ ਜਿਹੜਾ ਵੇਦਾਂ ਦੇ ਵਿੱਚ ਜਿਹੜੀਆਂ ਮੂਰਤੀ ਪੂਜਾ ਜਿਹੜੇ ਸਿਧਾਂਤ ਤੁਸੀਂ ਕਹਿ ਰਹੇ ਹੋ ਵੀ ਬਾਅਦ ਚ ਜਿਹੜੇ ਬੀਜ ਉਹਦੇ ਚ ਪਏ ਨੇ ਉਹਨਾਂ ਦੀ ਗੱਲ ਕੀਤੀ ਹੈ? ਮੈਂ ਕੋਈ ਗੱਲ ਨੀ ਕੀਤੀ, ਤੁਸੀਂ ਵੇਦਾਂ ਦੇ ਅਧਿਆਤਮ ਦੀ ਗੱਲ ਨਹੀਂ ਕੀਤੀ। ਮੈਂ ਗੱਲ ਨਹੀਂ ਕੀਤੀ, ਮੈਂ ਇਹ ਗੱਲ ਕੀਤੀ ਹੈ ਬਹੁਤ ਸੋਹਣਾ ਨੁਕਤਾ ਉਠਾਇਆ। ਇਹ ਇੱਕ ਚੰਗਾ ਸਵਾਲ ਹੈ ਤੇ ਰੈਲੇਵੈਂਟ ਹੈ, ਮੈਂ ਇਹ ਬਾਰੇ ਗੱਲ ਕਰਨੀ ਚਾਹੁੰਦਾ। ਹੁਣ ਗੱਲ ਜਿਹੜੀ ਹੈ ਉਹ ਟਰੈਕ ਤੇ ਚੜੀ, ਹੁਣ ਗਿਆਨੀ ਜੀ ਦਾ ਸਵਾਲ ਦਾ ਜਵਾਬ ਦੇਣ ਚ ਕੋਈ ਇਤਰਾਜ਼ ਨਹੀਂ, ਜਿੰਨੇ ਮਰਜ਼ੀ ਇਹੋ ਜਿਹੇ ਪੁੱਛੋ। ਹੁਣ ਕੁਸਚਨ ਇਹ ਹੈ, ਜਿਹੜਾ ਰਿਗਵੇਦ ਹੈ, ਜਿਹੜਾ ਰਿਗਵੇਦ ਦਾ ਸਪਿਰਚੁਅਲ ਵਿਜ਼ਨ ਹੈ, ਜੇ ਮੈਂ ਟੈਕਨੀਕਲ ਲੈਂਗੁਏਜ ਵਰਤਣੀ ਹੋਵੇ ਵੀ ਆਪਾਂ ਕਹਿ ਦਿੰਦੇ ਹਾਂ ਅਕਾਲ ਪੁਰਖ ਹਰ ਜਗ੍ਹਾ, ਇਹਦਾ ਮਤਲਬ ਸਾਡਾ ਦ੍ਰਿਸ਼ਟੀਕੋਣ ਉਹ ਆ ਜਿਹਨੂੰ ਬ੍ਰਾਹਮਣ ਕਹਿੰਦੇ ਅਦਵੈਤਵਾਦੀ ਹੈ, ਵੀ ਜਿਹੜਾ ਰਿਗਵੇਦ ਹੈ ਉਹਦੇ 'ਚ ਅਦਵੈਤਵਾਦੀ ਅਦਵੈਤਵਾਦ ਹੈ ਕਿ ਨਹੀਂ ਹੈ? ਕੁਸਚਨ ਇਹ ਹੈ ਵੀ ਕੀ ਉਹ ਅਦਵੈਤਵਾਦੀ ਹੈ ਕਿ ਦਵੈਤਵਾਦੀ ਹੈ? ਮੈਂ ਇਸ ਗੱਲ ਬਾਰੇ ਪੂਰੀ ਤਰ੍ਹਾਂ ਚੇਤੰਨਾ, ਬ੍ਰਾਹਮਣਾਂ ਨੇ, ਸ਼ੰਕਰ ਨੇ, ਹੋਰਾਂ ਨੇ, ਨਹੀਂ ਨਹੀਂ ਉੱਥੇ ਨਹੀਂ ਆਉਂਦਾ ਮੈਂ, ਨਹੀਂ ਨਹੀਂ ਮੈਂ ਤੁਹਾਡਾ ਕੁਸਚਨ ਐਡਰੈਸ ਕਰ, ਨਹੀਂ ਮੈਂ ਵੈਸੇ ਮਿਸਾਲ ਦਿੱਤੀ, ਮੈਂ ਹੁਣ ਨਬੇੜ ਨਹੀਂ ਸੀ ਗੱਲ, ਅਦਵੈਤਵਾਦ ਦਾ ਖਿਆਲ ਪਹਿਲੀ ਵਾਰੀ ਗੁਰਬਾਣੀ ਦੇ ਵਿੱਚ ਆਇਆ ਕਿ ਉਸ ਤੋਂ ਪਹਿਲਾਂ ਹਿੰਦੂ ਫਿਲਾਸਫੀ ਚ ਹੈਗਾ ਸੀ? ਤੁਹਾਡੀ ਗੱਲ ਠੀਕ ਹੈ, ਇਸਲਾਮ ਚ ਹੈ ਨੀ, ਸਾਵੇਂ ਧਰਮਾਂ ਚ ਹੈ ਨੀ, ਤੁਹਾਡੀ ਗੱਲ ਠੀਕ ਹੈ, ਪਰ ਬੁਨਿਆਦੀ ਕੁਸਚਨ ਕੀ ਅਦਵੈਤਵਾਦ ਦਾ ਖਿਆਲ ਪਹਿਲੀ ਵਾਰੀ ਸਿੱਖੀ ਨਾਲ ਆਇਆ ਕਿ ਹਿੰਦੂਆਂ 'ਚ ਸੀਗਾ? ਉਹਦੇ 'ਚ ਇਹ ਹੈ ਜਿੰਨਾ ਚਿਰ ਵਰਨ ਆਸ਼ਰਮ ਹਿੰਦੂ ਧਰਮ ਦੇ ਵਿੱਚ ਹੈ ਉਨਾ ਚਿਰ ਅਦਵੈਤਵਾਦ ਦਾ ਕੋਈ ਅਰਥ ਨਹੀਂ, ਕਿਉਂਕਿ ਅਦਵੈਤਵਾਦ ਦਾ ਮਤਲਬ ਹੈ ਹਰ ਜਗ੍ਹਾ ਅਕਾਲ ਪੁਰਖ। ਭਾਜੀ ਮੇਰੀ ਗੱਲ ਸੁਣੋ, ਜੇ ਹਿੰਦੂ ਧਰਮ 'ਚ ਉਹ ਗੱਲ ਹੁੰਦੀ ਤੇ ਸਾਨੂੰ ਖਾਲਸਾ ਪੰਥ ਬਣਾਉਣ ਦੀ ਲੋੜ ਕੀ ਸੀ? ਆਹ ਸਮੱਸਿਆ ਦੇ ਇੱਥੇ ਗੱਲ ਆ। ਮੇਰਾ ਅਰਥ ਇਹ ਬਣਦਾ ਵੀ ਜਿਹਨੂੰ ਅਸੀਂ ਅਦਵੈਤਵਾਦ ਸਮਝਦੇ ਹਾਂ ਉਹ ਇਹ ਹੈ ਕਿ ਮੈਟਰ ਨਹੀਂ ਕਰਦਾ ਕਿਸੇ ਦੀ ਕੀ ਜਾਤ ਹੈ, ਅਕਾਲ ਪੁਰਖ ਦੀ ਜੋਤ ਸਭ 'ਚ ਇੱਕੋ ਆ। ਜਿੱਥੇ ਇਹ ਮੈਟਰ ਕਰਦਾ ਕਿ ਜਾਤ ਦੇ ਹਿਸਾਬ ਨਾਲ ਬੰਦਾ ਬਰਾਬਰ ਨਹੀਂ ਹੋ ਸਕਦਾ, ਉੱਥੇ ਰੱਬ ਦੀ ਜੋਤ ਸਭ 'ਚ ਇੱਕੋ ਜਿਹੀ ਕਿਵੇਂ ਹੋਊਗੀ? ਉਹ ਤਾਂ ਫਰਕ ਪੈ ਗਿਆ, ਹਿੰਦੂ ਤਾਂ ਅਦਵੈਤਵਾਦੀ ਹੋ ਹੀ ਨਹੀਂ ਸਕਦੇ, ਫਿਲਾਸਫੀਆਂ ਬਣਾਈ ਜਾਣ। ਨਹੀਂ ਬਾਬਾ, ਤੁਸੀਂ ਨਹੀਂ ਮੰਨਦੇ ਸੀ ਇਹ
ਕਿਉਂ ਨਹੀਂ ਮੰਨਦੇ? ਕਿਉਂ ਨਹੀਂ ਮੰਨਦੇ? ਜਜਮੈਂਟ ਪਾਸ ਕੀਤੀ ਹੈ ਨਾ ਗਿਆਨੀ ਜੀ ਨੇ ਨਾ ਮੈਂ, ਕਿਸੇ ਨੇ ਕੁਛ ਕਿਹਾ ਨੀ ਗੱਲ ਜੀ ਦੀ। ਖਾਲਸਾ ਜੀ ਮੈਂ ਤਾਂ ਇਹ ਗੱਲ ਤੁਸੀਂ ਆਪ ਕਰ ਲੋ, ਜਿਹੜੀ ਗੱਲ ਮੈਂ ਕਰ ਸਕਦਾ ਮੈਂ ਤਾਂ ਉਹਨਾਂ ਦੀ ਦਲੀਲ ਬਾਰੇ ਆਪਣੀ ਦਲੀਲ ਦੇ ਸਕਦਾ। ਬਿਲਕੁਲ ਬਾਬੀ ਆਪ ਹੀ ਸਿੱਖ ਰਹੇ ਆ। ਬਾਬਾ ਜੀ ਇਹ ਜਿਹੜਾ ਗਿਆਨ ਆ ਗਿਆਨ ਦੀ ਜਿਹੜੀ ਗੱਲ ਕਰ ਰਹੇ ਆਪਣੇ ਵਰਗਾ ਹੀ ਸਮਝਦੇ ਆ ਗਿਆਨੀ ਜੀ ਜਿੱਥੇ ਜੋ ਗੱਲ ਕਰਦੇ ਪਏ ਆ ਉਹਨਾਂ ਦੇ ਬਹੁਤ ਕੁਐਸਚਨ ਸਾਨੂੰ ਅਸੀਂ ਸੁਣਨੇ ਚਾਹੁੰਦੇ ਹਾਂ। ਭਾਅ ਜੀ ਗੱਲ ਜੇ ਲੰਬੀ ਕਰ ਰਹੇ ਅਸੀਂ ਉਹਨਾਂ ਨੂੰ ਵਾਰ ਵਾਰ ਬੇਨਤੀ ਵੀ ਕਰ ਰਹੇ ਹਾਂ ਯਾਰ ਇਹਨੂੰ ਥੋੜ੍ਹਾ ਕਵਿਕ ਅਤੇ ਸੰਖੇਪ ਰੱਖੋ। ਪਤਾ ਕਿਉਂ? ਕਿਉਂਕਿ ਅੱਜ ਜਿੰਨੀ ਜਿੰਨੀ ਸਾਡੀ ਏਜ ਆ ਨਾ ਅਸੀਂ ਸਾਰਿਆਂ ਨੇ ਇਤਿਹਾਸ ਸੁਣਿਆ ਹੋਇਆ। ਇਹ ਕੋਈ ਪਹਿਲੀ ਵਾਰ ਨਹੀਂ ਸੁਣ ਰਹੇ ਜੋ ਮੈਂ ਸੁਣਿਆ, ਇਟਸ ਨਾਟ ਫਸਟ ਟਾਈਮ, ਐਵਰੀਬਡੀ ਨੋ ਦੈਟ। ਗੱਲ ਹੈਗੀ ਆ ਕਿ ਇੱਕ ਪੁਆਇੰਟ ਸੀਗਾ ਕਿ ਹਿੰਦੂ ਵੱਖਰਾ ਆ ਤੇ ਸਿੱਖ ਵੱਖਰਾ ਆ, ਸਿੱਖ ਦੀ ਇੱਕ ਵੱਖਰਾ ਨਿਰਾਲਾ ਧਰਮ ਨਾਨਕ ਨਿਰਮਲ ਪੰਥ ਚਲਾਇਆ, ਇਹ ਤਾਂ ਕਲੀਅਰ ਆ। ਮੈਂ ਮੇਰਾ ਇਹ ਸਵਾਲ ਤੁਹਾਨੂੰ ਬਾਬਾ ਜੀ ਇਹ ਹੈ ਸਿੱਧਾ ਹੀ, ਜੇ ਤੁਸੀਂ ਇੰਟਰਵਿਊ 'ਚ ਇਹ ਕਿਹਾ ਕਿ ਹਿੰਦੂ ਅਧਿਆਤਮਕ ਤੇ ਸਿੱਖ ਅਧਿਆਤਮਕ ਇੱਕੋ ਹੀ ਹੈਗਾ ਆ, ਤੁਸੀਂ ਇਹਨੂੰ ਇੱਕੋ ਮੰਨਦੇ ਆ? ਇਹ ਮੇਰਾ ਸਵਾਲ। ਦੇਖੋ ਨਾਮ ਦੀ ਮਹਿਮਾ ਵੇਦਾਂ ਨੇ ਕੀਤੀ, ਨਾਮ ਦੀ ਮਹਿਮਾ ਬਾਣੀ ਨੇ ਕੀਤੀ ਹੈ। ਨਾਮ ਤੋਂ ਬਿਨਾਂ ਹੋਰ ਕੋਈ ਵੱਡਾ ਅਧਿਆਤਮ ਨਹੀਂ ਹੈ, ਨਾਮ ਤੋਂ ਬਿਨਾਂ ਉਸ ਪੌੜੀ 'ਤੇ ਨਹੀਂ ਚੜਿਆ ਜਾ ਸਕਦਾ, ਇਹ ਗੱਲ ਵੇਦਾਂ ਨੇ ਵੀ ਮੰਨੀ ਹੈ। ਨਾਮ ਨੂੰ ਬਰਾਬਰ ਮੰਨੋ, ਵੇਦਾਂ ਨੂੰ ਜਾਂ ਦੂਜਿਆਂ ਨੂੰ ਨਹੀਂ, ਨਾਮ ਨੂੰ ਮੰਨਣਾ ਪੈਣਾ। ਨਾਮ ਬਿਨਾਂ ਕੋਈ ਗੱਲ, ਗੁਰੂ ਅਮਰਦਾਸ ਸਾਹਿਬ ਜੀ ਵੱਡੀ ਮਿਸਾਲ ਦੇ ਰਹੇ ਆ, ਉਹ ਕਹਿੰਦੇ ਆ ਵੇਦਾਂ ਮੈਂ ਨਾਮ ਉੱਤਮ ਉਹ ਤਾਂ ਸੁਣਦਾ ਨਹੀਂ ਗਾ, ਠੀਕ ਹੈ, ਫਿਰ ਅਜੋ ਬਿਤਾਲਿਆ। ਜਾਂ ਤਾਂ ਸਾਡੀ ਪਹੁੰਚ ਉੱਥੋਂ ਤੱਕ ਨਹੀਂ ਹੈਗੀ ਜਿਹੜੀ ਗੱਲ ਗੁਰੂ ਨੇ ਕੀਤੀ ਆ,
ਇੱਥੇ ਸਾਨੂੰ ਬਲਾਈਂਡ ਸਪੋਟ ਵਿੱਚ ਆ ਸੀ ਵੀ ਗੁਰੂ ਸਾਹਿਬ ਨੇ ਕਿਹਾ ਵੀ ਇੱਦਾਂ ਮੈਂ ਨਾਮ ਉੱਤਮ ਹੈਗਾ ਤੂੰ ਸੁਣਿਆ ਨਹੀਂ ਇਹੀ ਗੱਲ ਹੈ ਨਾ ਦੇਖੋ ਵੇਦਾਂ ਦੇ ਨਾਮ ਉੱਤੋਂ ਤੂੰ ਸੁਣਿਆ ਨੀ ਮੇਰਾ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਇਹ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਜਦੋਂ ਵੇਦਾਂ ਵਿੱਚ ਨਾਮ ਉੱਤਮ ਹੈ ਸੀ ਤੁਸੀਂ ਸਾਨੂੰ ਉਹਨਾਂ ਵੇਦਾਂ ਦੇ ਲੜ ਹੀ ਕਿਉਂ ਨੀ ਲਾਇਆ ਨਵਾਂ ਵੇਦ ਸਾਨੂੰ ਕਿਉਂ ਦਿੱਤਾ ਤੁਸੀਂ ਕਿਉਂ ਕਿਉਂਕਿ ਬ੍ਰਾਹਮਣਾਂ ਨੇ ਅਧਿਕਾਰ ਇੱਕ ਅਧਿਕਾਰ ਗਿਆਨ ਤੇ ਕਰ ਲਿਆ ਹੋਇਆ ਸੀਗਾ ਵੇਦਾਂ ਵਿੱਚ ਨਾਮ ਉੱਤਮ ਵਿਦਵਾਨਾਂ ਦੇ ਤੌਰ ਤੇ ਹੋਊਗਾ ਗੁਰੂ ਅਮਰਦਾਸ ਜੀ ਦੇ ਹਿਸਾਬ ਨਾਲ ਗੁਰੂ ਅਮਰਦਾਸ ਜੀ ਬਹੁਤ ਕੋਈ ਉੱਟਾ ਹੋਵੇ ਏਵਡ ਉੱਚਾ ਹੋਵੇ ਕੋਈ ਫਿਰ ਇਹ ਕਹਿ ਦਿਓ ਵੀ ਬਾਣੀ ਨੂੰ ਅਸੀਂ ਅਜੇ ਨਹੀਂ ਸਮਝਿਆ ਤੇ ਰਹਿਣ ਦੀ ਜਿੰਨੇ ਜਿੰਨੇ ਜੇ ਤੁਸੀਂ ਕਹਿੰਦੇ ਹੋ ਵੀ ਇਹ ਨਿਰਣਾਇਕ ਗੱਲ ਹੈ ਇਹ ਮੈਂ ਫਾਈਨਲ ਕਰ ਰਿਹਾ ਗੁਰੂ ਦੇ ਅਰਥ ਆ ਗੁਰੂ ਦੇ ਅਰਥ ਕੋਈ ਵਿਦਵਾਨ ਨਹੀਂ ਕਰ ਸਕਦਾ ਫਿਰ ਬਾਣੀ ਦਾ ਪ੍ਰਮਾਣ ਜਿਹੜੀ ਜਬਾਨ ਨੇ ਜਿਹੜੇ ਮਨੁੱਖ ਨੇ ਜਿਹੜੀ ਪਾਵਰ ਨੇ ਗੁਰੂ ਦੀ ਪ੍ਰੋਪਰ ਵਿਆਖਿਆ ਕਰ ਦਿੱਤੀ ਗੁਰੂ ਉਹਦੀ ਪਕੜ ਵਿੱਚ ਆ ਗਿਆ ਗੁਰੂ ਰੱਬ ਉਸ ਤੋਂ ਵੱਡਾ ਨਹੀਂ ਹੈ ਕਿਉਂਕਿ ਬੰਦੇ ਦੀ ਜਬਾਨ ਨੇ ਉਸ ਗੱਲ ਨੂੰ ਕਹਿ ਦਿੱਤਾ ਹੈ ਜਿਹੜੇ ਤੁਸੀਂ ਇਸ ਗੱਲ ਨੂੰ ਨਿਰਣਾਇਕ ਮੰਨਦੇ ਹੋ ਕਿ ਜਿਹੜੀ ਗੱਲ ਅਸੀਂ ਕਹਿੰਦੇ ਹਾਂ ਜਿੰਨੀ ਸਮਝ ਪਈ ਆ ਉਹ ਗਲਤ ਆ ਜਿੰਨੀ ਭਾਈ ਹਰਦੀਪ ਸਿੰਘ ਜਿਹਨੂੰ ਗੁਰਬਾਣੀ ਚ ਅੱਜ ਤੱਕ ਸਮਝ ਪਈ ਆ ਉਹ ਸਾਰੀ ਗਲਤ ਆ ਜਿੰਨੀ ਹਰਦੀਪ ਸਿੰਘ ਨੂੰ ਸਮਝ ਪਈ ਆ ਉਹ ਹਰਦੀਪ ਸਿੰਘ ਜਿੰਨੀ ਕੁ ਪਹੁੰਚ ਸੀ ਓਨੀ ਪਈ ਆ ਉਹ ਪ੍ਰੋਪਰ ਨਹੀਂ ਮੈਂ ਕਿਹਾ ਫਿਰ ਸਾਨੂੰ ਵੀ ਜਿੰਨੀ ਕੁ ਪਈ ਅਸੀਂ ਓਨਾ ਹੀ ਬੋਲਣਾ ਨਾ ਮੈਂ ਕਹਿੰਦਾ ਬਈ ਗੁਰਬਾਣੀ ਅਗਾਧ ਬੋਧ ਹੈ ਮੈਂ ਉਹਦੀ ਥਾਂ ਨੀ ਪਾ ਸਕਦਾ ਮੈਂ ਤਾਂ ਕਹਿੰਦਾ ਸ਼ਬਦ ਜਿਹੜੀ ਬਾਣੀ ਆ ਉਹ ਅਗਾਧ ਬੋਧ ਸਮੁੰਦਰ ਆ ਮੈਂ ਮਛਲੀ ਤੁਸੀਂ ਪੂਰਾ ਕਰਦੇ ਸ਼ਬਦ ਮੈਂ ਮਛਲੀ ਕੈਸੇ ਅੰਤ ਰਹਾ ਉਹਦਾ ਮਤਲਬ ਇਹ ਹੈ ਦੇਖੋ ਇੱਕ ਗੱਲ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਸਾਰਿਆਂ ਨੂੰ ਗਿਆਨੀ ਮਸਕੀਨ ਸੰਤ ਮਸਕੀਨ ਜੀ ਸੰਤ ਸਿੰਘ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਇੱਕ ਕਥਾ ਦੇ ਵਿੱਚ ਮੈਂ ਸੁਣਿਆ ਉਹ ਕਹਿੰਦੇ ਵੀ ਮੈਂ ਸਾਰੀ ਉਮਰ ਜਦੋਂ ਸ਼ੁਰੂ ਕੀਤਾ ਨਾ 30-35-40 ਸਾਲ ਦਾ ਜੀਵਨ ਸੀ ਉਹਨਾਂ ਦਾ ਉਹ ਕਹਿੰਦੇ ਜਿਉਂ ਜਿਉਂ ਮੈਂ ਪੜ੍ਹਦਾ ਰਿਹਾ ਸੁਣਦਾ ਰਿਹਾ ਤੇ ਮੈਂ ਹਰ ਇੱਕ ਟੀਕੇ ਨੂੰ ਕਹਿੰਦਾ ਸੀ ਇਹ ਵੀ ਗਲਤ ਆ ਕਹਿੰਦਾ ਮੈਂ ਫਿਰ ਦੂਜਾ ਪੜ੍ਹਿਆ ਕਹਿੰਦਾ ਮੈਂ ਕਿਹਾ ਇਹ ਵੀ ਗਲਤ ਆ ਫਿਰ ਮੈਂ ਤੀਜਾ ਪੜ੍ਹਿਆ ਫਿਰ ਉਹ ਵੀ ਹੁਣ ਕਹਿੰਦਾ ਮੈਂ ਉਮਰ ਦੇ ਲਾਸਟ ਪੜਾਅ ਦੇ ਵਿੱਚ ਪਹੁੰਚ ਗਿਆ ਬਹੁਤ ਗ੍ਰੰਥ ਵੀ ਪੜ੍ਹ ਲਏ ਆਪ ਵੀ ਪੜ੍ਹ ਲਿਆ ਪੜ੍ਹਾ ਵੀ ਲਿਆ ਸੁਣਾ ਵੀ ਦਿੱਤਾ ਪਰ ਹੁਣ ਕਹਿੰਦਾ ਮੈਂ ਇਕਾਂਤ 'ਚ ਜਦੋਂ ਬੈਠ ਕੇ ਸੋਚਦਾ ਤਾਂ ਮੈਂ ਆਪਣੇ ਆਪ ਨੂੰ ਇਹ ਗੱਲਾਂ ਕਹਿੰਦਾ ਵਾ ਮਸਕੀਨ ਸਿਆਂ ਉਹ ਕੁਛ ਵੀ ਗਲਤ ਨਹੀਂ ਸੀ ਜਿੰਨਾ ਤੂੰ ਪੜ੍ਹਿਆ ਨਾ ਜਿਹਨੂੰ ਤੂੰ ਰਿਜੈਕਟ ਕੀਤਾ ਉਹ ਗਲਤ ਨਹੀਂ ਸੀ ਗੱਲ ਇਹ ਹੈ ਕਿ ਉਸ ਸਮੁੰਦਰ ਦੇ ਵਿੱਚੋਂ ਮੋਤੀ ਨਿਕਲਦੇ ਆ
ਹੰਸਾ ਹੀਰਾ ਮੋਤੀ ਚੁਗਣਾ ਗੱਲ ਪਕੜ ਆ ਗਈ ਨਾ, ਜਿਹੜੇ ਹੰਸ ਨੇ ਉਹ ਜਾ ਕੇ ਮੋਤੀ ਲੈ ਕੇ ਆਉਂਦੇ ਆ ਸਮੁੰਦਰ ਦੇ ਵਿੱਚੋਂ, ਤੇ ਜਿਹੜੇ ਮਛੇਰੇ ਆ ਮੱਛੀਆਂ ਫੜ ਕੇ ਮੁੜ ਆਉਂਦੇ ਆ, ਕੁਝ ਲੋਕ ਸਿੱਕੀਆਂ ਲੱਭ ਕੇ ਆ ਜਾਂਦੇ ਆ, ਪਰ ਉਹ ਕਹਿੰਦੇ ਗਲਤ ਤਾਂ ਨਹੀਂ ਆ ਕਿਸੇ ਦੀ ਸੋਚ, ਜਿੱਥੇ ਤੱਕ ਉਹਨੂੰ ਇਜਾਜ਼ਤ ਦਿੰਦੀ ਆ ਉਹਨੂੰ ਸਮਝ ਓਨੀ ਕਾਈ ਉਹਦੇ ਲਈ ਓਨਾ ਹੀ ਕੁਛ ਆ। ਅੱਜ ਆਪਾਂ ਇੱਥੇ ਬੈਠੇ ਹਾਂ, ਅੱਜ ਤੋਂ 20-50 ਸਾਲ ਪਿੱਛੇ ਚੱਲ ਜਾਈਏ, ਲੋਕਾਂ ਨੇ ਕਦੇ ਇਮੇਜਿਨ ਨਹੀਂ ਕੀਤਾ ਸੀ ਵੀ ਯਾਰ ਫੋਨ ਜੇਬ 'ਚ ਹੀ ਹੋਊਗਾ। ਇੱਕ ਮਿੰਟ ਦੋ, ਤੁਸੀਂ ਗੱਲ ਹੋਰ ਪਾਸੇ ਲੈ ਗਏ। ਨਹੀਂ 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 ਇੱਕ ਮਿੰਟ, ਤੁਸੀਂ ਇੱਥੇ ਆ ਜਾਓ। ਨਹੀਂ 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 ਸਿਰਫ ਗੁਰਬਾਣੀ ਦੇ ਵਿੱਚ ਗੁਰੂ ਦੀ ਪਕੜ ਦੇ ਵਿੱਚ ਦੀ ਗੱਲ ਆ ਸਕਦੀ। ਗੁਰੂ ਕਿਰਪਾ ਵੱਡੀ ਚੀਜ਼ ਹੈ। ਓਕੇ ਜੀ, ਇੱਕ ਮਿੰਟ ਲਈ ਅੱਗੇ ਦਿਓਗੇ? ਦੇਖੋ ਹੁਣ ਗੱਲ ਕਰ ਲੈਂਦੇ ਭਾਈ ਸਾਹਿਬ ਯਾਰ, ਜੇ ਸਾਰਿਆਂ ਨੇ ਬੋਲਣਾ ਮੈਂ ਜਾਣਾ ਤਾਂ ਨਹੀਂ ਇੱਥੋਂ, ਜਦ ਤੱਕ ਸਾਰੇ ਨਹੀਂ ਜਾਂਦੇ ਮੈਂ ਪਾਸੇ ਹੋ ਕੇ ਬਹਿ ਜਾਣਾ। ਦੇਖੋ ਮੈਂ ਗੱਲ ਕਹਿਣ ਲੱਗਾ ਸੀ, ਦੇਖੋ ਭਾਈ ਸਾਹਿਬ ਕੋਈ ਐਸੀ ਗੱਲ ਨੀ, ਵਿਚਾਰ ਹੋ ਰਹੀ ਹੈ ਤੇ ਗੱਲ ਨਾ ਖਿਲਰ ਗਈ ਕਰਨ ਵਾਲੀ ਨੁਕਤੇ ਤੇ ਲੈ ਗਏ ਭਾਈ ਸਾਹਿਬ ਜੀ ਸਿੰਘ ਜੀ ਉਹਦੇ ਵਿੱਚ ਜਦੋਂ ਵਿਦਵਾਨ ਬੈਠਦੇ ਆ ਉਹਦੇ ਵਿੱਚ ਹੁਣ ਸੰਪਰਦਾਵਾਂ ਮੰਨ ਲਓ ਇਹਨਾਂ ਨੂੰ ਦੋਹਾਂ ਦਾ ਨਾਮ ਨਾ ਲਿਆ, ਉਧਰੋਂ ਆ ਰਹੇ ਉਧਰੋਂ ਆ ਰਹੇ, ਆਹ ਜਿਹੜੇ ਭਟਿੰਗੀ ਆ ਜਾਂ ਅਸੀਂ ਆ, ਅਸੀਂ ਇਹ ਵੇਖਦੇ ਹਾਂ ਵੀ ਯਾਰ ਇਹ ਦੋ ਧਿਰਾਂ ਲੜ ਰਹੀਆਂ ਨੇ, ਆਮ ਸਿੱਖ ਜਿਹੜਾ ਹੈਗਾ ਉਹ ਡਿਸਟਰਬ ਹੋ ਰਿਹਾ, ਉਹ ਕਹਿੰਦੇ ਵੀ ਨਿਹੰਗ ਸਿੰਘ ਜਿਹੜੇ ਹੈਗੇ ਨੇ ਉਹ ਅਕਾਲ ਦੀ ਫੌਜ ਆ, ਦੂਜੇ ਕਹਿੰਦੇ ਨੇ ਇਹ ਬ੍ਰਾਹਮਣ, ਆਮ ਬੰਦਾ ਜਿਹੜਾ ਉਹ ਕਹਿੰਦਾ ਯਾਰ ਇਹਨਾਂ ਨੇ ਸੰਭਾਲਣਾ ਸੀ ਪੰਥ ਨੂੰ, ਇਹ ਕਿੱਧਰ ਨੂੰ ਤੁਰ ਪਿਆ, ਇਹ ਕਿਹੜੀਆਂ ਗੱਲਾਂ ਕਰਨ ਦਿਆ। ਓਕੇ ਜੀ, ਉਹ ਗੱਲ ਜ਼ਿੰਮੇਵਾਰੀ ਨਾਲ ਕਰ ਰਹੇ, ਇੱਕ ਮਿੰਟ, ਮੈਂ ਜਿੰਨਾ ਉਹਨਾਂ ਨੂੰ ਸੁਣਿਆ ਸੀ ਠੀਕ ਆ ਗੁਰਬਾਣੀ ਦੀ ਗੱਲ ਕਰ ਰਹੇ, ਪਰ ਤੁਹਾਡੇ ਇੱਕ ਇੱਕ ਪੁਆਇੰਟ ਤੇ ਉਹਨਾਂ ਨੂੰ ਚੈੱਕ, ਮਤਲਬ ਇੱਕ ਪੁਆਇੰਟ ਤੇ ਉਹਨਾਂ ਨੂੰ ਇਹ ਲੱਗਿਆ ਵੀ ਸਾਨੂੰ ਜਦੋਂ ਨਵਾਂ ਬੰਦਾ ਸੁਣਦਾ ਉਹ ਕਈ ਵਾਰੀ ਨਵਾਂ ਸਿੱਖ ਜਿਹੜਾ ਹੁੰਦਾ ਉਹਨੂੰ ਇਹ ਨੀ ਪਤਾ, ਤੁਸੀਂ ਬਹੁਤ ਪੁਆਇੰਟ ਆ ਮੇਰੇ ਇਸਲਾ ਆਮ ਬੰਦੇ ਨੂੰ ਨਹੀਂ ਪਤਾ, ਲੜਾਈ ਤੁਸੀਂ ਔਰੰਗਜ਼ੇਬ ਨਾਲ, ਹਾਂਜੀ, ਤੇ ਪਹਾੜੀ ਦਾ ਜੇ ਵਿੱਚ ਆ ਗਏ ਨਾ, ਹਾਂਜੀ, ਅੱਜ ਕੀ ਹੋਇਆ ਕਿ ਸਾਡੀ ਟੱਕਰ ਤੇ ਨਾਸਤਕ ਟੋਲੇ ਨਾਲ ਸੀਗੀ ਤੇ ਪ੍ਰਭ ਚਰਨਜੀਤ ਸਿੰਘ ਵਿੱਚ ਆ ਕੇ ਗੱਲ ਇੰਨੀ ਕੀ ਆ ਸਾਡੀ। ਓਕੇ, ਮੈਂ ਆਪਣੀ ਗੱਲ ਕਰਾਂ, ਨਹੀਂ ਨਹੀਂ ਮੈਂ ਕੋਈ ਅਸਲੀ ਗੱਲ ਨਹੀਂ ਕਰਨੀ, ਮੈਂ ਕੋਈ ਟੋਲੇ ਨਾਲ, ਹਾਂਜੀ ਆਓ ਆਓ ਭਾਈ ਸਾਹਿਬ, ਮੈਂ ਹਿੰਦੂ ਰਾਜਾ ਨਹੀਂ, ਉਹੀ ਬਣੂ ਜਿਹੜਾ ਸਨਾਤਨਵਾਦ ਦੇ ਹੱਕ ਦੀ ਗੱਲ ਕਰੂ, ਮੈਂ ਤਾਂ ਨੀ ਹਿੰਦੂ ਰਾਜਾ ਬਣਦਾ, ਮੈਂ ਤਾਂ ਨੀ ਬਣਦਾ ਹਿੰਦੂ ਰਾਜਾ, ਸਾਥੋਂ ਤਾਂ ਸਾਥੋਂ ਤਾਂ ਬਾਬਾ ਜੀ ਗੱਲ ਜਾਂਦੇ ਟਰੈਕ ਤੇ,
ਇਹ ਕਰ ਰਹੇ ਪ੍ਰੋਬਲਮ ਕਿਉਂਕਿ ਇਹ ਇਹ ਥੋੜੇ ਜਿਹੇ ਘੱਟ ਪੜ੍ਹੇ ਲਿਖੇ ਮੈਨੂੰ ਲੱਗਦਾ ਤੇ ਅਸੀਂ ਇਹਨਾਂ ਨਾਲੋਂ ਕੋਈ ਥੱਲੇ ਹਾਂ ਇਹ ਸਾਡੀ ਗੱਲ ਸੱਤੋ ਉੱਤੋਂ ਦੀ ਲੰਘਦੀ ਹੈ ਜਵਾਕਾਂ ਗਿਆ ਸੀ ਨਹੀਂ ਥੋੜੇ ਮੈਂ ਥੋੜਾ ਪੰਜਾਬੀ ਆ ਸਾਹਮਣੇ ਹੈਗੇ ਹੈਗੇ ਆ ਭਾਈ ਆਪ ਜੀ ਨੂੰ ਅਸੀਂ ਬਾਰਿਸ਼ ਦਿਖਾਉਂਦੇ ਹਾਂ ਅਸੀਂ ਮਾਤਾ ਬਾਬਾ ਜੀ ਬਿਲ ਗੱਲ ਸਾਹਮਣੇ ਪਾ ਲਓ ਬਾਬਾ ਜੀ ਇਹ ਇਹ ਮੈਸੇਜ ਕਹਾਂ ਪਾਜਾ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸਾਹਮਣੇ ਤਾਂ ਤੁਸੀਂ ਇੱਦਾਂ ਖੜਾ ਜਿਹਾ ਭਰਾ ਤਾਂ ਕੋਈ ਖੜੇ ਹੁੰਦਾ ਬਾਰਸ਼ ਥੱਲੇ ਰੱਖਣਾ ਸਿੰਘੋ ਇਹ ਗੱਲ ਤੁਸੀਂ ਮੁੱਠਿਆਂ ਦਾ ਜੀ ਹੋਇਆ ਆਪ ਜੀ ਨੂੰ ਅਸੀਂ ਕਿਵੇਂ ਦੇਖਦੇ ਹਾਂ ਬਾਬਾ ਇੱਕ ਸੇ ਯਾਰ ਬਾਬਾ ਜੀ ਬਾਬਾ ਜੀ ਅੱਜ ਤੁਸੀਂ ਬੈਠੋ ਬਾਬਾ ਜੀ ਤੁਸੀਂ ਬੈਠੋ ਬਾਬਾ ਇੱਕ ਸੈਕਿੰਡ ਰੁਕੋ ਇੱਕ ਸੈਕਿੰਡ ਬਾਬਾ ਇੱਕ ਸੈਕਿੰਡ ਇੱਕ ਸੈਕਿੰਡ ਸਾਰੇ ਬੇਨਤੀ ਮੰਨੋ ਚੋਪੜਾ ਦਾਨ ਬਖਸ਼ੋ ਓਕੇ ਭਾਈ ਹਰਜੀਤ ਸਿੰਘ ਜੀ ਨੇ ਓਕੇ ਭਾਈ ਹਰਜੀਤ ਸਿੰਘ ਜੀ ਨੇ ਤੇ ਪਿੱਠ ਕੀਤੀ ਹੈ ਜੀ ਉਧਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੇ 70 ਰੁਪਏ ਨਹੀਂ ਸਾਡੇ ਲਈ ਨੇ ਤਾਂ ਕੋਈ ਆ ਕੇ ਉਹ ਛੱਡੋ ਫਿਰ ਗੱਲ ਸ਼ੁਰੂ ਕਰ ਲਈ ਹਾਂਜੀ ਬਾਬਾ ਭਾਈ ਭਾਈ ਹਰਜੀਤ ਸਿੰਘ ਜੀ ਤੁਸੀਂ ਡਰ ਰਹੇ ਹੋ ਬੈਠੋ 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 ਇਹ ਗਲਤ ਗੱਲ ਹੈ ਨਾ ਬਾਬਾ ਜੀ ਉਹ ਹੁਣ ਛੱਡ ਦਿਓ ਕਰਨਾ ਪੈਸਾ ਜੀ ਅੱਜ ਤੱਕ ਕਿਉਂ ਕਰ ਰਹੇ ਹੋ ਆਪ ਜੀ ਪੈਸਾ ਜੀ ਖਾਲਸਾ ਜੀ ਬਾਬਾ ਜੀ ਛੱਡੋ ਇੱਕ ਇੱਕ ਓਕੇ ਬਾਬਾ ਜੀ ਇੱਕ ਮਿੰਟ ਬਾਬਾ ਜੀ ਇੱਕ ਪਾਸੇ ਬੱਚਾ ਕਹਿ ਰਿਹਾ ਫਿਰ ਬੱਚੇ ਦੇ ਨਾਲ ਤਾਂ ਤੁਰੋ ਆਪ ਜੀ ਨੇ ਬਹੁਤ ਹੀ ਵਧੀਆ ਸਲੀਕੇ ਨਾਲ ਆਪ ਜੀ ਨੇ ਆਪਦਾ ਆਰਗੂਮੈਂਟ ਰੱਖਿਆ ਹੈ ਨਾ ਜੀ ਆਪ ਜੀ ਦਾ ਮੇਨ ਮੁੱਦਾ ਜੋ ਮੈਂ ਸਮਝਿਆ ਯੂਅਰ ਸੇਇੰਗ ਦਾ ਵੀ ਜੋ ਆਪਣਾ ਮੂਲ ਵਿਚਾਰ ਨੇ ਸਿੱਖ ਦੇ ਜਾਂ ਹਿੰਦੂਆਂ ਦੇ ਵੱਖਰੇ ਨੇ ਹਾਂਜੀ ਹਾਂਜੀ ਬਾਹਮਣ ਕਿਰਪਾਨਾਂ ਰੱਖਦੇ ਆ ਬਾਹਮਣ ਤੇ ਜਨੋਬ ਆਉਂਦੇ ਆ ਇਹ ਸਾਡੇ ਖਾਸ ਆਪਾਂ ਦੀ ਚੜ੍ਹਦੀ ਕਲਾ ਪ੍ਰਤੀਕ ਨਹੀਂ ਹੈਗਾ ਜਿਹੜੀ ਮੂਲ ਸਿਧਾਂਤ ਆਪ ਜੀ ਨੇ ਗੱਲ ਕੀਤੀ ਅੱਜ ਇਹ ਸਾਡਾ ਮੂਲ ਸਿਧਾਂਤ ਹੈ ਨੀ ਬਿਨਾਂ ਤੇਗ ਕੇਸੰਗ ਨਾ ਦੇਵੋਂ ਦਦਾਰੇ ਮਰਦੇ ਰਹਿਤ ਰਾਮ ਦੇ ਬਚਨ ਆ ਭਾਈ ਨੰਦ ਰਾਜ ਦੇ ਰਹਿਤ ਰਾਮ ਦੇ ਬਚਨ ਆ ਪੈਸੇ ਜੋ ਆਪ ਜੀ ਨੇ ਗੱਲ ਕੀਤੀ ਹੈ ਨਾ ਮੈਂ ਆਪ ਜੀ ਨੂੰ ਗੱਲ ਕਹੂੰਗਾ ਇਹ ਮੈਂ ਫਿਨਿਸ਼ ਕਰਨ ਲੱਗਾ ਮੈਂ ਸੱਚੀ ਚੁੱਪ ਕਰ ਦੂੰਗਾ ਇਸ ਤੋਂ ਬਾਅਦ
ਕਿ ਮੇਰਾ ਹੋਰ ਕੰਮ ਹੋ ਗੱਲ ਹੋਰ ਕਿਤੇ ਜਾਈ ਜਾਂਦੀ ਹੈ। ਆਪ ਜੀ ਨੇ ਕੀਤਾ ਵੀ ਆਪਾਂ ਨਿਆਰਾ ਪੰਥ ਆ, ਇਹ ਨਿਆਰਾ ਪੰਥ ਨੂੰ ਲੱਗਦਾ ਨੀ ਜਿਹੜਾ ਨਿਆਰਾ ਪੰਥ ਲੱਗਦਾ ਨੀ ਜਿਹੜਾ ਬੈਠਾ ਵਾ, ਜਿਹੜਾ ਆਪਾਂ ਐਡੀਆਂ ਕਿਰਪਾਨਾਂ ਪਾਈਆਂ ਵਾ। ਮਹਾਰਾਜ ਦੀ ਹਜ਼ੂਰੀ ਚ ਤੁਸੀਂ ਜਾਂਦੇ ਹੋ? ਹਾਂ ਜਾਂਦੇ ਆ। ਤੁਸੀਂ ਕਿਰਪਾਨ ਨੂੰ ਉੱਤੋਂ ਦੀ ਪਾ ਕੇ ਜਾਂਦੇ ਹੋ ਕਦੇ ਕਦੇ? ਫਿਰ ਮਹਾਰਾਜ ਨੂੰ ਕਿਰਪਾਨ ਦਿਖਾ ਰਹੇ ਹੋ ਤੁਸੀਂ? ਦੇਖੋ ਖਾਲਸੇ ਦੇ ਬਾਣੀ ਦਾ ਹਿੱਸਾ ਜੀ, ਖਾਲਸਾ ਨੂੰ ਧਾਰਦਾ, ਬਿਲਕੁਲ ਸਾਨੂੰ ਕੋਈ ਇਤਰਾਜ਼ ਨਹੀਂ, ਬਿਲਕੁਲ। ਪਰ ਭਾਈ ਸਾਹਿਬ ਨੇ ਗੱਲ ਕਿੱਥੋਂ ਕੀਤੀ ਆ, ਪੰਥ ਦੇ ਕਿਸੇ ਮਤ ਭੇਦ ਦੇ ਮੁੱਦੇ ਤੇ ਤੇ ਪਹਿਲੀ ਮੀਟਿੰਗ ਨਹੀਂ ਹੋਣ ਲੱਗੀ, ਹਜ਼ਾਰਾਂ ਮੀਟਿੰਗਾਂ ਇਹ ਤੋਂ ਪਹਿਲਾਂ ਹੋ ਚੁੱਕੀਆਂ, ਸੈਂਕੜੇ ਵਾਰੀ ਪੱਗਾਂ ਵੀ ਲੈ ਚੁੱਕੀਆਂ, ਸਿਰ ਵੀ ਪਾੜ ਚੁੱਕੇ ਆ, ਗੋਲੀਆਂ ਵੀ ਚੱਲੀਆਂ, ਬਹੁਤ ਕੁਛ ਹੋਇਆ। ਜਦੋਂ ਬਜ਼ੁਰਗ ਸਾਡੇ ਵੱਡੇ ਭਰਾ ਆ, ਤੁਹਾਡੇ ਬਜ਼ੁਰਗ ਕੋ ਗੱਲ ਕਹਿੰਦੇ ਆ ਨਾ, ਉਹਨਾਂ ਦੇ ਸ਼ਬਦ ਫੜ ਕੇ ਟੈਕਨੀਕਲੀ ਗੱਲ ਸੁਣ ਲਓ, ਹੁਣ ਤੁਸੀਂ ਬੋਲ ਲਏ ਬਹੁਤ, ਉਹਨਾਂ ਦੇ ਖਿਲਾਫ਼ ਨਹੀਂ ਜਾਈਦਾ, ਗੱਲ ਦੀ ਸਪਿਰਿਟ ਸਮਝੀ ਦੀ ਹੈ। ਦੇਖੋ ਗੱਲ ਦੀ ਸਪਿਰਿਟ ਆ ਨਾ, ਦੇਖੀ ਤੁਸੀਂ ਆ ਗਏ, ਇਹਨਾਂ ਨੇ ਤੁਹਾਡੇ ਆਉਣ ਤੋਂ ਪਹਿਲਾਂ ਕਿਹਾ ਮੇਰੇ ਸਾਹਮਣੇ, ਨਹੀਂ ਗੱਲ ਪੂਰੀ ਨਹੀਂ ਹੋਈ, ਗੱਲ ਨਹੀਂ ਸੁਣਨੀ ਹੈ ਗੱਲ। ਦੇਖੋ ਹੁਣ ਆਪਾਂ ਗੱਲ ਕਰਨ ਲੱਗੇ ਸੀ, ਭਾਈ ਹਰਜੀਤ ਸਿੰਘ ਨੇ ਇੱਕ ਨੁਕਤਾ ਲਿਆਂਦਾ ਵੀ ਕਿਸੇ ਬੰਦੇ ਕੋਲ ਕੁਰਬਾਨੀ ਦੇ ਅੰਤਮ ਅਰਥ ਨਹੀਂ ਹੋ ਸਕਦੇ, ਨਿਰਣਾਇਕ ਅਰਥ ਨਹੀਂ ਹੋ ਸਕਦੇ। ਗਿਆਨੀ ਜੀ ਨੇ ਮੈਨੂੰ ਸਵਾਲ ਕੀਤਾ ਵੀ ਕੀ ਮੈਂ ਕਹਿੰਦਾ ਨਿਰਣਾਇਕ ਅਰਥ ਨਹੀਂ ਹੋ ਸਕਦੇ, ਮੈਂ ਕਿਹਾ ਮੈਂ ਬਿਲਕੁਲ ਨਹੀਂ ਕਹਿੰਦਾ, ਮੇਰਾ ਯਕੀਨ ਹੈ ਕਿ ਮੈਂ ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝਣ ਦੇ ਸਮਰੱਥ ਨਹੀਂ ਗਾ, ਫਾਈਨਲ ਇੰਟਰਪ੍ਰੀਟੇਸ਼ਨ ਦੇਣ ਦੇ ਮੈਂ ਸਮਰੱਥ ਨਹੀਂ ਗਾ, ਅਤੇ ਮੇਰੀ ਇਹ ਵੀ ਅੰਡਰਸਟੈਂਡਿੰਗ ਹੈ ਫਾਈਨਲ ਇੰਟਰਪ੍ਰੀਟੇਸ਼ਨ ਮੈਨ ਮੇਡ ਹੋਊਗੀ, ਇਹ ਬਾਣੀ ਜਿਹੜੀ ਆ ਤੁਰਕੀ ਬਾਣੀ ਹੈ, ਇਸ ਲਈ ਇੰਟਰਪ੍ਰੀਟੇਸ਼ਨ ਦੀਆਂ ਕਮੀਆਂ ਰਹਿਣਗੀਆਂ। ਹੁਣ ਗਿਆਨੀ ਜੀ ਨੇ ਸਵਾਲ ਕੀਤਾ ਜੇ ਇਹ ਗੱਲ ਹੈ ਫਿਰ ਅਸੀਂ ਇੱਥੇ ਬੈਠੇ ਖਾਸ ਨੂੰ, ਹੁਣ ਮੰਨ ਲਓ ਮੈਂ ਗੱਲ ਕੀਤੀ ਅਤੇ ਜਿਹੜੀ ਮੈਂ ਗੁਰਬਾਣੀ ਦੇ ਹਵਾਲੇ ਨਾਲ ਗੱਲ ਕੀਤੀ, ਮੇਰੀ ਉਹ ਗੁਰਬਾਣੀ ਦੀ ਵਿਆਖਿਆ ਗਲਤ ਹੈ, ਤੁਸੀਂ ਇੱਕ ਹੋਰ ਵਿਦਵਾਨ, ਤੁਸੀਂ ਮੇਰੀ ਵਿਆਖਿਆ ਦੀ ਗਲਤੀ ਫੜ ਲਈ, ਤੁਸੀਂ ਭਰੀ ਸੰਗਤ 'ਚ ਮੇਰੀ ਉਹ ਗਲਤੀ ਪੁਆਇੰਟ ਆਊਟ ਕਰ ਦਿਓ, ਜੇ ਮੈਨੂੰ ਲੱਗੂਗਾ ਤੁਹਾਡੀ ਗੱਲ ਗੁਰਮਤ ਅਨੁਸਾਰ ਠੀਕ ਹੈ ਮੈਂ ਕਹੂੰਗਾ ਗਿਆਨੀ ਜੀ ਮਿਹਰਬਾਨੀ ਤੁਸੀਂ ਮੈਨੂੰ ਸਹੀ ਹੱਥ ਸਮਝਾਏ, ਮਿਹਰਬਾਨੀ। ਇਹ ਇਹੀ ਗੱਲ ਹੁਣ ਮੈਂ ਜਿਹੜਾ ਕਿ ਵਿਆਖਿਆ ਕਰਨ ਦੇ ਸਮਰੱਥ ਨੇ, ਉਹਨੇ ਇੱਕ ਵਿਆਖਿਆ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ
ਬੇਸਿਕ ਫਿਲੋਸੋਫੀਕਲ ਕੁਐਸਚਨ ਐਡਰੈਸ ਕੀਤੇ ਜਿਹੜੇ ਕਿ ਰੱਬ ਕੀ ਹੈ, ਬੰਦਾ ਕੀ ਹੈ, ਬੰਦੇ ਦੇ ਰੱਬ ਦਾ ਰਿਸ਼ਤਾ ਕੀ ਹੈ, ਨਾਮ ਦਾ ਮਾਰਗ ਕੀ ਹੈ, ਨਾਮ ਦੇ ਮਾਰਗ 'ਤੇ ਕੌਣ ਤੁਰ ਸਕਦਾ। ਜਿਹੜੇ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਜਵਾਬ ਦਿੱਤੇ ਇਹਨਾਂ ਸਵਾਲਾਂ ਦੇ, ਉਹ ਪੁਜ਼ੀਸ਼ਨ ਰਿਗਵੇਦ ਦੀ ਪੁਜ਼ੀਸ਼ਨ ਦੇ ਉਲਟ ਹੈ। ਗਿਆਨੀ ਜੀ ਵਿਦਵਾਨ ਹੈ, ਜੇ ਗਿਆਨੀ ਜੀ ਨੂੰ ਲੱਗਦਾ ਵੀ ਮੈਂ ਗੁਰੂ ਨਾਨਕ ਸਾਹਿਬ ਦੇ ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਸ਼ਬਦਾਂ ਦੀ ਗਲਤ ਵਿਆਖਿਆ ਕਰ ਰਿਹਾ, ਤੇ ਗਿਆਨੀ ਜੀ ਦੱਸ ਦੇਣ ਮੈਂ ਗਲਤ ਵਿਆਖਿਆ ਕਿਵੇਂ ਕਰ ਰਿਹਾ, ਮੈਂ ਗਿਆਨੀ ਦੀ ਗੱਲ ਮੰਨ ਲੂੰਗਾ। ਜੇ ਗਿਆਨੀ ਜੀ ਮੇਰੀ ਉਸ ਵਿਆਖਿਆ ਨੂੰ ਗਲਤ ਨਹੀਂ ਕਹਿੰਦੇ ਫਿਰ ਮੇਰੀ ਆਰਗੂਮੈਂਟ ਠੀਕ ਹੈ। ਸਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਪੂਰੀ ਜ਼ਿੰਮੇਵਾਰੀ ਹੈ ਪੰਥ ਪ੍ਰਤੀ ਉਹ ਤੁਸੀਂ ਨਿਭਾ ਨਹੀਂ ਰਹੇ। ਜਿੱਥੇ ਪੁਰਾਤਨ ਸਿੱਖ ਜੋਸ਼ ਸੰਘਰਸ਼ ਚੱਲੇ ਆ, ਜਿਹੜਾ ਨਿਹੰਗਾ ਸਿੰਘਾਂ ਦਾ ਬਣਦਾ ਸੀ ਉਹ ਤੇ ਤੁਸੀਂ ਥੋੜ੍ਹੀ ਜਿਹਾ ਪਿੱਛੇ ਹਟੇ ਹੋਏ ਆ। ਤੁਹਾਨੂੰ ਬੇਨਤੀ ਆ ਸਾਡੇ ਬੱਚਿਆਂ ਉੱਥੇ ਆ ਕੇ ਚੱਲੋ, ਆਪਣਾ ਫਰਜ਼ ਸੰਭਾਲੋ, ਉੱਥੇ ਕਰੋ। ਨੰਬਰ ਦੋ ਤੁਹਾਡੇ ਤੇ ਸਿੱਧਾ ਕੁਐਸਚਨ ਹੈ ਭਾਜੀ, ਮੈਨੂੰ ਕੁਐਸਚਨ ਕਰ ਲਿਓ, ਤੁਹਾਡੇ ਤੇ ਕੁਐਸਚਨ ਲੱਗਦਾ। ਤੁਹਾਨੂੰ ਪੰਥ ਦੀਆਂ ਸਿਰਮੌਰ ਸਟੇਜਾਂ ਤੋਂ ਬੋਲਣ ਤੋਂ ਰੋਕਿਆ ਗਿਆ ਸਾਰੇ ਨਾਰਥ ਅਮਰੀਕਾ ਦੇ ਵਿੱਚ, ਤੇ ਕਿਉਂ ਰੋਕਿਆ ਗਿਆ? ਤੁਹਾਡੇ ਤੇ ਇਲਜ਼ਾਮ ਲੱਗਦਾ ਤੁਸੀਂ ਆਰ ਐਸ ਐਸ ਦੇ ਨਾਲ ਤੁਹਾਡੇ ਸੰਬੰਧ ਹੈਗੇ ਆ, ਉਹਦਾ ਤੁਸੀਂ ਜਵਾਬ ਦਿਓ। ਇਹਨਾਂ ਸਿੰਘਾਂ ਨੂੰ ਤਿਆਰ ਕਰੋ ਭਈ ਪੰਥ ਲਈ, ਜੋ ਜਿੱਥੇ ਕੌਮ ਖੜੀ ਆ। ਨਹੀਂ ਤਿਆਰ ਹੋ ਭਾਜੀ, ਸੁਣ ਲਓ ਮੇਰੀ ਗੱਲ, ਉਹ ਇੱਕ ਮਿੰਟ ਤੁਸੀਂ ਮੇਰੀ ਗੱਲ ਕਰ ਰਹੇ ਹੋ, ਤੁਸੀਂ ਮੈਨੂੰ ਗੱਲ ਤਾਂ ਕਰ ਰਹੇ ਹੋ। ਇੱਥੇ ਆਓ, ਇੱਥੇ ਆਓ, ਮੈਂ ਗੱਲ ਕਰ ਸਕਦਾ ਪਰ ਮੇਰੀ ਗੱਲ ਸੁਣੋ, ਜਿਹੜੀ ਗੱਲ ਸਾਨੂੰ ਬੁਲਾਇਆ ਗਿਆ ਸੀ ਉਹ ਗੱਲ ਇਹਨਾਂ ਨੇ ਕਿੱਧਰ ਲੈ ਗਏ, ਤੁਸੀਂ ਕਿੱਧਰ ਲੈ ਗਏ? ਭਾਜੀ ਅਸੀਂ ਇਸ ਗੱਲ ਲਈ ਬੁਲਾਇਆ ਤੁਹਾਨੂੰ, ਅਸੀਂ ਤੁਹਾਨੂੰ, ਤੁਸੀਂ ਮੋਂਟਰੀਅਲ ਦੇ ਵਿੱਚ ਆਏ ਆ, ਤੁਸੀਂ ਪੰਥ ਦੀਆਂ ਸਾਰੀਆਂ ਸਟੇਜਾਂ ਤੇ ਇਸ ਵੇਲੇ ਬੈਨ ਹੋ ਹੈਗੀਆਂ, ਉਸ ਕਰਕੇ ਤੁਹਾਨੂੰ ਤੁਸੀਂ ਜਵਾਬ ਦਿਓ ਭਾਜੀ, ਤੁਸੀਂ ਨਹੀਂ ਮੰਨਦੇ। ਸਾਨੂੰ ਉਹ ਜਿਹੜੀਆਂ ਸਿਰਮੌਰ ਜਥੇਬੰਦੀਆਂ ਕੈਨੇਡਾ ਅਮਰੀਕਾ ਦੇ ਵਿੱਚ ਹੈਗੀਆਂ, ਸਿਰਮੌਰ ਅਸੀਂ ਤੁਹਾਨੂੰ ਮੰਨਦੇ ਹਾਂ ਯਾਰ, ਤੁਸੀਂ ਮੈਨੂੰ ਜਵਾਬ ਤਾਂ ਦੇ ਦਿਓ, ਤੁਸੀਂ ਨਹੀਂ ਮੰਨਦੇ ਤਾਂ ਵੱਖਰੀ ਗੱਲ, ਤੁਸੀਂ ਨਹੀਂ ਮੰਨਦੇ, ਤੁਸੀਂ ਨਹੀਂ ਮੰਨਦੇ ਨਾ ਭਾਜੀ, ਤੁਸੀਂ ਨਹੀਂ ਮੰਨਦੇ ਨਾ ਜਿੰਨੀਆਂ ਸਟੇਜਾਂ ਜਿਹੜੇ ਪੰਥ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਚੜ੍ਹ
ਚੜ੍ਹਦੀ ਕਲਾ ਵਾਸਤੇ ਜੀਵਨ ਲਾਇਆ ਵਾ ਪਾਸੇ ਸਟੇਜਾਂ ਮੰਗਣੀਆਂ ਨਹੀਂ ਹੱਥ ਜੋੜ ਕੇ ਠੀਕ ਹੈ ਤੁਸੀਂ ਨਹੀਂ ਮੰਗਣੀਆਂ ਤੁਸੀਂ ਇਹਦਾ ਜਵਾਬ ਦਿਓ ਸਾਨੂੰ ਕਿਉਂ ਕਿਉਂ ਅਸੀਂ ਆਪਦੇ ਹੀ ਤੁਸੀਂ ਨਿਸ਼ਾਨਾਂ ਨੂੰ ਧੱਕੇ ਕਿਉਂ ਮਾਰੇ ਨੇ ਉੱਥੇ ਟਾਰੀਓ ਕਿਹੜੇ ਨਿਸ਼ਾਨ ਸਾਹਿਬ ਮੇਰੇ ਸੀਗੇ ਕਿਹੜੇ ਨਿਸ਼ਾਨ ਸਾਹਿਬ ਧੱਕਾ ਮਾਰੇ ਆਪਣੇ ਨਿਸ਼ਾਨ ਸਾਹਿਬ ਕਿਹੜੇ ਨਿਸ਼ਾਨ ਸਾਹਿਬ ਧੱਕਾ ਮਾਰੇ ਨਿਸ਼ਾਨ ਸਾਹਿਬ ਨੂੰ ਕਿਹਨੇ ਤੁਸੀਂ ਅਸੀਂ ਕਿਸੇ ਕਿਹਨੇ ਕਦੋਂ ਮਾਰੇ ਟਾਰੀਓ ਵਾਲਿਆਂ ਨੇ ਨਹੀਂ ਕਿਸੇ ਨੇ ਮਾਰੇ ਨਿਸ਼ਾਨ ਭਾਈ ਜੀ ਉਹ ਭਾਜੀ ਉਹ ਜਿਹੜਾ ਤੁਸੀਂ ਕਰਦੇ ਆ ਨਗਰ ਕੀਰਤਨ ਦੀ ਗੱਲ ਕਰਦੇ ਆ ਨਾ ਉੱਥੇ ਕੋਈ ਰੂਲ ਬਣਿਆ ਪਿੱਛੇ ਲੈ ਕੇ ਚਲੋ ਨਿਸ਼ਾਨ ਸਾਹਿਬ ਚੱਲਦੇ ਇਸ ਕਰਕੇ ਤੁਹਾਨੂੰ ਬੈਨ ਕੀਤਾ ਵਾ ਨਿਸ਼ਾਨ ਨੂੰ ਧੱਕੇ ਮਾਰੇ ਤੁਸੀਂ ਮਰਵਾਏ ਉਹ ਭਾਜੀ ਅਸੀਂ ਨਹੀਂ ਮਰਵਾਏ ਸਾਨੂੰ ਨਾ ਕਹੋ ਤੁਸੀਂ ਅਸੀਂ ਕਹਿੰਦੇ ਜੇ ਉਹਨਾਂ ਨੇ ਕੋਈ ਗਲਤ ਕੰਮ ਭਾਜੀ ਇੱਕ ਮਿੰਟ ਤੁਸੀਂ ਮੇਰਾ ਮੈਂ ਆਰਾਮ ਨਾਲ ਹੀ ਕਰਦਾ ਯਾਰ ਤੁਸੀਂ ਤੁਸੀਂ ਮੈਨੂੰ ਕੀ ਆਰਾਮ ਸਿਖਾਉਣਾ ਮੈਂ ਆਰਾਮ ਨਾਲ ਹੀ ਕਰਦਾ ਆਰਾਮ ਨਾਲ ਹੀ ਕਰਦਾ ਤੁਸੀਂ ਇੱਕ ਮਿੰਟ ਬਹਿ ਜਾਓ ਕਿਹੜੇ ਕਿਉਂ ਬੋਲ ਰਹੇ ਹੋ ਤੁਸੀਂ ਨਾਲ ਕੋਈ ਬੋਲ ਰਿਹਾ ਮੇਰੀ ਬੇਨਤੀ ਆ ਤੁਸੀਂ ਤਾਂ ਦੋ ਮਿੰਟ ਆਪਣੀ ਗੱਲ ਸੁਣ ਲਓ ਮੇਰੀ ਚੁੱਪ ਕਰਕੇ ਰਾਮਨਗਰ ਸੁਣੋ ਚੁੱਪ ਕਰਕੇ ਰਾਮਨਗਰ ਚੁੱਪ ਕਰਕੇ ਰਾਮਨਗਰ ਸੁਣੋ ਜਿਹੜੀ ਉਹ ਗੱਲ ਆ ਉਹ ਤੁਸੀਂ ਜਵਾਬ ਦਿਓ ਮੇਨ ਕਰਕੇ ਜਿਹੜਾ ਸਾਡਾ ਪ੍ਰੋਬਲਮ ਹੈ ਹਾਂਜੀ ਦੱਸੋ ਸਾਡਾ ਪਿਤਾ ਕੋਈ ਹੋਰ ਹਾਂਜੀ ਗੱਲ ਸੁਣੋ ਤੁਸੀਂ ਕਹਿ ਲਿਓ ਨਾ ਪਾਬੰਦੀ ਲਾਈ ਕਿਹਨੇ ਲਾਈ ਹੈ ਕਿਉਂ ਲਾਈ ਹੈ ਜੀ ਆ ਦੱਸੋ ਸਾਨੂੰ ਨਹੀਂ ਪਤਾ ਆਹ ਬਾਣਾ ਸਾਰਿਆਂ ਨੂੰ ਰੜਕਦਾ ਉਹ ਭਾਜੀ ਨੂੰ ਰੜਕਿਆ ਨਾ ਨਿਸ਼ਾਨ ਬੱਚਾ ਰੜਕਿਆ ਨਾ ਬਿਲਕੁਲ ਹੀ ਰੜਕਿਆ ਬੱਚਾ ਸਾਡੇ ਬੱਚੇ ਆ ਆ ਇੱਕ ਮਿੰਟ ਆ ਸਾਡੇ ਬੱਚੇ ਆ ਇਹਨਾਂ ਦੇ ਨਾਲ ਖੜੇ ਆ ਆ ਪੁੱਤ ਮੇਰਾ ਮੇਰੇ ਕੋਲ ਖੜਾ ਹੁਣ ਸੁਣ ਲਓ ਫਿਰ ਆ ਹੁਣ ਆ ਖੜਾ ਦੱਸ ਕਿੱਥੇ ਨਹੀਂ ਸਾਥ ਦਿੱਤਾ ਸਾਡਾ ਤਾਂ ਕੁਰਬਾਨੀਆਂ ਦਾ ਫੌਜਾਂ ਦੇ ਕਿੱਥੇ ਸਾਥ ਦਿੱਤਾ ਆ ਦੇ ਨਾਲ ਇੱਕ ਮਿੰਟ ਨਹੀਂ ਸਾਨੂੰ ਨੀਲਾ ਵਾਲਾ ਨਹੀਂ ਰੜਕਦਾ ਧਾਰਨਾ ਦੇ ਦੇ ਕੇ ਨੌਜਵਾਨਾਂ ਨੂੰ ਜਗਾਇਆ ਨੌਜਵਾਨਾਂ ਨੂੰ ਪ੍ਰੇਰਿਆ ਤੇ ਅਸੀਂ ਹੋਰ ਕੀ ਚਾਹੁੰਦੇ ਆ ਭਾਈ ਅੰਮ੍ਰਿਤਪਾਲ ਸਿੰਘ ਤੋਂ ਸਾਡੇ ਦੁਨੀਆ ਭਰ ਦੇ ਟਕਸਾਲ ਦੇ ਵਿਦਿਆਰਥੀ ਤੇ ਗਿਆਨੀ ਇਹ ਅੱਜ ਕੱਲ ਇਹ ਗੱਲ ਕਹਿੰਦੇ ਅੱਜ ਇਹ ਗੱਲ ਕਹਿੰਦੀ ਹੈ ਕਿ ਅੱਜ ਟਕਸਾਲ ਦੇ ਜਿਹੜੇ ਨੌਜਵਾਨ ਆ ਉਹ ਟਕਸਾਲ ਦਾ ਬਾਣਾ ਛੱਡ ਕੇ ਤੇ ਨਿਹੰਗ ਸਿੰਘ ਬਾਣਾ ਪਾਉਣ ਲੱਗ ਪਏ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਲਿੰਕ ਹੀ ਨਹੀਂ ਟਕਸਾਲ ਨਾਲ ਪਰ ਉਹਨੂੰ ਪਿਆਰ ਸੀ ਟਕਸਾਲ ਦੇ ਮਹਾਂਪੁਰਸ਼ਾਂ ਨਾਲ ਉਹਨੇ ਟਕਸਾਲ ਦੀ ਦਸਤਾਰ ਸਜਾਈ ਟਕਸਾਲ ਦਾ ਬਾਣਾ ਪਾਇਆ ਤਮਦਵੀ ਟਕਸਾਲ ਦੇ ਇੱਕ ਸਿੰਘ ਦੇ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਵੀ ਵਿਦਿਆਰਥੀ ਤੇ ਵਿਦਵਾਨਾਂ ਨੂੰ ਇਹ ਪ੍ਰੋਬਲਮ ਹੈ ਕਿ ਆਹ ਬਾਣਾ ਕਿਉਂ ਪ੍ਰਗਟ ਹੋ ਗਿਆ ਸੁਣ ਲਓ ਫਿਰ ਦੁਬਾਰਾ ਭਾਈ ਸਾਨੂੰ ਕੋਈ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਕਹਿੰਦੇ ਜੀ ਸਾਡੇ ਬੱਚੇ ਆ ਹੱਥੀ ਸਜਾਣੇ ਨਾ ਖਾਲਸਾ ਜੀ ਇੱਕ ਇੱਕ ਗੱਲ ਕਰ ਲੈਣਾ ਖਾਲਸਾ ਜੀ ਪੁੱਤ ਦੇ ਬਾਣਾ ਸਿਆਣੇ ਇੱਕ ਇੱਕ ਗੱਲ ਬਾਈ ਸਾਰ ਟੱਪਰੀ ਨੇ ਗੱਲ ਇਹ ਕੋਈ ਕਰਨੀ ਹੈ ਸਾਡਾ ਬਾਣੀ ਦੀ ਪ੍ਰੋਬਲਮ ਨਾ ਪਾਉਂਦੀ ਹੈ ਜਾਨੀ ਜੀ ਇੱਕ ਮਿੰਟ ਕਹਿੰਦੀ ਹੈ ਸਾਨੂੰ ਬਾਣੇ ਤੋਂ ਕਿਰਪਾ ਕਰੋ ਤੁਸੀਂ ਕਹਿੰਦਾ ਹੈ ਬਾਣੀ ਤੁਹਾਡੇ ਬਾਣੀ ਕਿੱਥੇ ਹੈ ਜੀ ਇਹ ਬਾਣੀ ਦੇ ਟਰੈਵਲ ਕੰਮ ਕਰਦੇ ਆ ਓਕੇ ਆਪਾਂ ਪੋਜੀਸ਼ਨ ਕਲੀਅਰ ਕਰ ਦਈਏ ਬਾਣੇ ਬਾਰੇ ਆਪਾਂ ਮੈਂ ਗਿਆਨੀ ਜੀ ਨਾਲ ਇੱਥੇ ਵਿਚਾਰ ਕਰਨ ਦੀ ਇੱਛਾ ਨਾਲ ਆਇਆ ਮੇਰੀ ਇੱਛਾ ਹੈ ਓਕੇ ਮੇਰੀ ਮੇਰੀ ਸਮਝ ਹੈ ਕਿ ਖਾਲਸਾ ਪੰਥ ਦਾ ਅਸਲ ਬਾਣਾ ਇਹ ਹੈ ਜਿਹੜਾ ਤੁਸੀਂ ਪਾਇਆ ਓਕੇ ਦੇ ਨਾਲ ਮੇਰਾ
ਜਿਹੜੀ ਗੱਲ ਮੈਂ ਹਾਲੇ ਕਰ ਰਿਹਾ ਉਹ ਮੇਰੇ ਵੀ ਮੰਨਦੇ ਆ। ਨਹੀਂ ਜਿਹੜੀ ਗੱਲ ਬਾਣੇ ਤੇ ਰਹੋ, ਹੁਣ ਨੁਕਤਾ ਨੁਕਤਾ ਕਲੀਅਰ ਕਰ ਲਈਏ, ਗੱਲ ਉਲਝਾਓ। ਹੁਣ ਗੱਲ ਕੀ ਹੈ, ਅਸੀਂ ਮੈਂ 24 ਸਾਲ ਤੋਂ ਇੱਥੇ ਰਹਿ ਰਿਹਾ, ਤੁਸੀਂ ਕਈ 24 ਸਾਲ ਦੇ ਹੋਵੋਗੇ ਕਿ ਉਦੋਂ ਘੱਟ ਹੋਵੋਗੇ। ਅਸੀਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਯੂਨੀਵਰਸਿਟੀਆਂ 'ਚ ਪੜ੍ਹਾਇਆ ਬਹੁਤ ਸਾਲ, ਹੁਣ ਵੀ ਪੜ੍ਹਾ ਰਹੇ ਹਾਂ, ਉਹਨਾਂ ਦੇ ਕੈਂਪ ਵੀ ਲਾਏ ਆ, ਉਹਨਾਂ ਨਾਲ ਸੰਬੰਧ ਆ। ਜਦੋਂ ਮੈਂ ਆਇਆ, ਜਿਹੜਾ ਡਾਇਸਪੋਰਾ ਦਾ ਯੂਥ ਹੈ ਉਹ ਦੋ ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਨਾਲ ਜੁੜਿਆ ਹੁੰਦਾ ਸੀ, ਟਕਸਾਲ ਅਤੇ ਅਖੰਡ ਕਿਰਨੀ ਜਥਾ, ਅਤੇ ਸਾਰੇ ਦਾ ਸਾਰਾ ਯੂਥ ਖਾਲਿਸਤਾਨ ਦੀ ਸਪੋਰਟ ਕਰਦਾ ਸੀ। ਇੱਕ ਵੀ ਨੌਜਵਾਨ ਸਨਾਤਨਵਾਦ ਦੀ ਸਪੋਰਟ ਦੀ ਗੱਲ ਨਹੀਂ ਸੀ ਕਰਦਾ। ਜਦੋਂ ਦੇ ਤੁਸੀਂ ਗਿਆਨੀ ਜੀ ਇੱਥੇ ਆਉਣ ਲੱਗੇ ਹਾਂ, ਨੌਜਵਾਨਾਂ ਨੇ ਬਾਣਾ ਧਾਰਿਆ, ਬਹੁਤ ਚੰਗੀ ਗੱਲ ਹੈ, ਮੈਨੂੰ ਮਾਣ ਹੈ ਇਹਨਾਂ 'ਤੇ। ਅਸੀਂ ਨਹੀਂ ਧਾਰ ਸਕੇ, ਸਾਡੀ ਕਮਜ਼ੋਰੀ ਹੈ, ਇਹਨਾਂ ਨੇ ਧਾਰਿਆ, ਇਹਨਾਂ ਦੀ ਪ੍ਰਾਪਤੀ ਹੈ। ਪਰ ਅਸੀਂ ਜਿੰਨੇ ਨੌਜਵਾਨਾਂ ਨਾਲ ਮੈਂ ਗੱਲ ਕੀਤੀ ਹੈ ਜਿਹਨਾਂ ਨੇ ਬਾਣੇ ਪਾਏ ਆ, ਉਹ ਖਾਲਿਸਤਾਨ ਦੇ ਖਿਲਾਫ ਪੋਜੀਸ਼ਨ ਲਈ ਬੈਠੇ ਆ, ਸਨਾਤਨਵਾਦ ਨੂੰ ਜਸਟੀਫਾਈ ਕਰਦੇ ਆ। ਇਹਨਾਂ ਨੌਜਵਾਨਾਂ ਨੂੰ ਮੈਂ ਪਹਿਲੀ ਵਾਰੀ ਮਿਲਿਆ, ਮੇਰਾ ਕੋਈ ਵਾਹ ਨਹੀਂ। ਜਿਹੜੇ ਸਾਡੇ ਇਲਾਕੇ ਦੇ ਨੌਜਵਾਨ ਹੈ ਉਹਨਾਂ ਦਾ ਸਾਡਾ ਮਿਲਵਰਤਨ ਹੈ, ਸਹਿਜ ਹੈ, ਜਿਵੇਂ ਇਹਨਾਂ ਦਾ ਇੱਥੇ ਲੋਕਲ ਬੰਦਿਆਂ ਨਾਲ ਹੋਊਗਾ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਹਾਂਜੀ ਤੁਸੀਂ ਇਹਦੇ ਬਾਰੇ ਕੀ ਸਮਝਦੇ ਹਾਂ। ਠੀਕ ਹੈ, ਮੈਂ ਇੱਕ ਨੌਜਵਾਨ ਮੈਨੂੰ ਮਿਲਿਆ, ਉਹ ਦਮਾਲਾ ਸੇ ਆਇਆ ਸੀ, ਵੈਸੇ ਉਸ ਵੇਲੇ ਟਰੱਕ ਚਲਾ ਰਿਹਾ ਸੀ, ਪੈਂਟ ਸ਼ਰਟ ਪਾਈ ਸੀ, ਅਤੇ ਵੈਸੇ ਗੱਲਾਂ ਕਰਨ ਲੱਗ ਗਏ, ਤੁਸੀਂ ਕਿੱਥੋਂ ਤੁਸੀਂ ਕਿੱਥੋਂ, ਉਹ ਕਹਿੰਦਾ ਅਸੀਂ ਤਲਪੰਥ ਨਾਲ ਹਾਂ ਜੀ। ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਅਤੇ ਸਾਨੂੰ ਇਹ ਮਾਣ ਹੈ ਕਿ ਜਿਹੜਾ ਬਾਣਾ ਉਹ ਧਾਰਨ ਦਾ ਚਾਅ ਨੌਜਵਾਨਾਂ 'ਚ ਪੈਦਾ ਹੋ ਰਿਹਾ। ਪਰ ਤੁਸੀਂ ਯਾਰ ਕਿਉਂ ਤਕਲੀਫ ਹੋ ਰਹੀ ਹੈ, ਉਹ ਕਹਿੰਦਾ ਤੁਸੀਂ ਯਾਰ ਬਈ ਜਿਹੜੇ ਨੌਜਵਾਨ ਉਹ ਬਾਬਾ ਜੀ ਇੱਕ ਜਣਾ ਜਿਹੜੇ ਨੌਜਵਾਨ ਗੱਲ ਕਰਨ ਲਈ ਕਰੀਓ ਕਰ ਰਿਹਾ ਨਹੀਂ ਕਰ ਤੁਸੀਂ ਇੱਕ ਸਵਾਲ ਬਾਬਾ ਜੀ ਸਾਡਾ ਬੰਦਨ ਨਾਲ ਵਿਰੋਧ ਹੈ ਤੁਹਾਡਾ ਬੰਦਨ ਨਾਲ ਵਿਰੋਧ ਹੈ ਅਸੀਂ ਕਿ ਯਾਰੀ ਹੈ ਸਾਡਾ ਬੰਦਨ ਨਾਲ ਵਿਰੋਧ ਹੈ ਕਿ ਨਹੀਂ ਮੇਰਾ ਸਵਾਲ ਛੋਟਾ ਜਿਹਾ ਯਾਰੀ ਜੀ ਤੁਸੀਂ ਦੱਸੋ ਤੁਸੀਂ ਦੱਸੋ ਪੈਸਾ ਜੀ ਪੈਸਾ ਵਿਰੋਧ ਹੈ ਵਿਰੋਧ ਹੈ ਫਿਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸਤਕਾਰ ਔਰ ਮਹਾਂਪੁਰਸ਼ਾਂ ਨੇ ਸ਼ਹੀਦਾਂ ਨੇ ਬਾਹਮਣ ਦੀ ਧੀ ਕਿਉਂ ਛੁੜਾਈ ਜੇ ਤੁਹਾਡਾ ਬਾਹਮਣਾਂ ਨਾਲ ਵਿਰੋਧ ਹੈ ਇਸ ਗੱਲ ਦਾ ਨਹੀਂ ਧੀ ਅਸੀਂ ਹੁਣ ਵੀ ਛੁੜਾਵਾਂਗੇ ਧੀ ਅਸੀਂ ਹੁਣ ਵੀ ਛੁੜਾਵਾਂਗੇ ਧੀ ਜੀ ਦੀ ਮਰਜ਼ੀ ਹੋਵੇ ਮੁਸਲਮਾਨ ਦੀ ਹੋਵੇ ਬਿਲਕੁਲ ਏਦਾਂ ਦਾ ਸਵਾਲ ਸੀ ਜਿੱਦਾਂ ਦਾ ਉਹਨਾਂ ਨੇ ਕੀਤਾ ਉਹਨਾਂ ਨੂੰ ਜਵਾਬ ਹੈ ਇਸ ਸਵਾਲ ਦਾ ਇਹ ਸਵਾਲ ਇਰਰੇਲੀਵੈਂਟ ਮੈਨੂੰ ਪਤਾ ਮੈਂ ਕੀਤਾ ਤਾਂ ਹੈ ਉਹਨਾਂ ਦੀ ਵੀ ਗੱਲ ਇਰਰੇਲੀਵੈਂਟ ਗੱਲ ਉਹ ਕਰੋ ਜਿਹੜੀ ਮੁੱਦੇ ਦੀ ਇਰਰੇਲੀਵੈਂਟ ਗੱਲ ਨਾ ਕਰੋ ਕੋਈ ਵੀ ਬਕਵਾਸ ਕੋਈ ਵੀ ਜਿਵੇਂ ਵੀ ਕਰ ਸਕਦਾ ਠੀਕ ਹੈ ਜੀ ਮਹਾਰਾਜ ਮਤਲਬ ਫਾਲਤੂ ਗੱਲ ਕੋਈ ਵੀ ਕਰ ਸਕਦਾ ਇੱਕ ਮਿੰਟ ਗੱਲ ਦੀ ਗੱਲ ਗਿਆਨੀ ਸਿੰਘ ਕਰ ਸਕਦਾ ਠੀਕ ਹੈ ਜੀ ਗੱਲ ਇਹ ਆ ਸਿੰਘ ਜੀ ਇੱਥੇ ਕੁਮਾਰ ਦਸਮਗਰੰਗ ਦੀ ਗੱਲ ਚੱਲੀ ਸਾਡੇ ਸ਼ਹਿਰ ਚ
ਸਾਡੇ ਸ਼ਹਿਰ ਚ ਜਿਸ ਤਰ੍ਹਾਂ ਦੀ ਇੱਥੇ ਮਰਿਆਦਾ ਚੱਲਦੀ ਆ ਉਸ ਤਰ੍ਹਾਂ ਦੀ ਅੱਗੇ ਮਹਾਂ ਲੈਣੀ ਚਾਹੀਦੀ ਆ। ਰਾਗ ਮਾਲਾ ਪੜ ਦਿੱਤੀ ਸੰਤਾਂ ਦੇ ਭਤੀਜੇ ਨੇ ਦਰਬਾਰ ਅਕਾਲ ਤਖ਼ਤ ਸਾਹਿਬ ਤੇ, ਉਹਨਾਂ ਨੇ ਉਹਨੂੰ ਤੀਰਾਂ ਨਾਲ ਕੁੱਟਿਆ। ਏਡਾ ਲਾਇਕ ਬੱਚਾ ਸੀ ਉਹ, ਤੇ ਤੂੰ ਉੱਥੇ ਦੀ ਮਰਿਆਦਾ ਨੂੰ ਕਿਉਂ ਚੇਂਜ ਕੀਤਾ? ਮੈਨੂੰ ਗੱਲ ਨਹੀਂ ਕਰਨ ਦੇ। ਇੱਥੇ ਗੱਲ ਚੱਲੀ ਸਾਡੇ ਇਹਨਾਂ ਪਚੰਡੀਆਂ ਨੇ ਵਿਰੋਧ ਕੀਤਾ, ਸਾਰੇ ਨਹੀਂ ਸੀ ਉਹ ਚਾਹੇ ਦੋ ਸੀਗੇ। ਉਹਨਾਂ ਨੂੰ ਮੈਂ ਪ੍ਰੇਮ ਨਾਲ ਇਹ ਗੱਲ ਕਹੀ ਵੀ ਤੁਸੀਂ ਮੈਨੂੰ ਸ਼ਾਇਦ ਇਹ ਮੰਨ ਰਹੇ ਹੋ ਕਿ ਦਸਮ ਗ੍ਰੰਥ ਦੇ ਵਿਰੋਧੀ ਵਾਲੀ ਗੱਲ, ਤੁਸੀਂ ਐ ਕਰ ਲਓ ਤੁਹਾਡੀ ਇਹਦੀ ਭਾਜੀ ਸਾਨੂੰ ਜਿਹੜਾ ਵੀ ਭਜੰਗੀ ਤੁਹਾਡੇ ਵਿੱਚ ਗੁਰੂ ਦੇ ਮਾਣ ਤੇ ਕਹਿੰਦਾ ਵੀ ਮੇਰੇ ਨਾਲ ਬੈਠ ਜਾਓ, ਜਵਾਨੀ ਪੜ੍ਹਨਾ ਦਸਮ ਗ੍ਰੰਥ, ਦਸਮ ਗ੍ਰੰਥ ਜਵਾਨੀ ਪੜ੍ਹਦਾ, ਸਾਰੀ ਸੰਗਤ ਬੈਠੋ ਤੇ ਗੁਰੂ ਤੇ ਮਾਣ ਕਰਕੇ ਮੈਂ ਗੱਲ ਕਹਿੰਦਾ ਮੇਰੇ ਨਾਲ ਬੈਠੋ। ਤੇ ਇੱਕ ਮਿੰਟ ਰੁਕੋ, ਸ਼ਸਤਰਾਂ ਨਾਲ ਜਿਹੜਾ ਪ੍ਰੇਮ ਆ ਮੇਰਾ ਬਚਪਨ ਵੇਖੋ, ਸਾਹੀ ਨਿਹੰਗ ਸਿੰਘਾਂ ਵਿੱਚ ਹੀ ਪਲੇ ਆ ਤਾਂ ਸਹੀ ਹੈਗੇ ਬੱਚੇ ਦੇ ਜਾਂਦੇ ਆ, ਅਕਾਲੀ ਫੌਜ ਦੇ ਬੱਚੇ ਅਸੀਂ। ਪਰ ਜਿਹੜੀ ਗੱਲ ਤੁਹਾਡੇ ਤੇ ਮੈਂ ਹੁਣ ਕਰ ਗਿਆ ਤਾਂ ਤੁਸੀਂ ਬਾਹਰ ਰੋਡ ਦੀ ਗੱਲ ਕਰ ਲਈ ਵੀ ਉਹ ਬਰਛਾ ਖੜਾ ਕਰੇ ਬੈਠਾ, ਤੁਹਾਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਜਦੋਂ ਕਿਤੇ ਜਾਂਦੇ ਹਾਂ ਇਹੋ ਜਿਹੀ ਵਿਚਾਰ ਕਰਨ, ਉੱਥੇ ਸਿਆਣੇ ਬੰਦੇ ਵੀ ਨਾਲ ਲੈਂਦੇ। ਅਸੀਂ ਇਸ ਉਮਰ 'ਚੋਂ ਲੰਘੇ ਹਾਂ, ਜੇ ਅਸੀਂ ਇਹਨਾਂ ਉਮਰ 'ਚ ਹੁੰਦੇ ਨਾ ਇੱਕ ਮਿੰਟ ਰੁਕਿਓ, ਸਾਡੇ 'ਚ ਇੰਨਾ ਇਹੋ ਜਿਹਾ ਅਸੀਂ ਸਾਡੇ ਇਹ ਬਹੁਤ ਠੰਡੇ ਆ ਤੇ ਤੁਸੀਂ ਕੋਈ ਸਿਆਣਾ ਬੰਦਾ ਨਹੀਂ ਨਾਲ ਲੈ ਗਿਆ। ਜਿਹਨੂੰ ਪਹਿਲੀ ਕੀਤੀ ਉਹਦਾ ਜਵਾਬ ਦੇ ਪੈਸਾ ਜੀ। ਆਪ ਜੀ ਪਾਉਣੀ ਕਿਉਂ ਚਾਹੁੰਦੇ ਹੋ? ਅਸੀਂ ਪਾਉਣੀ ਕਿਉਂ ਚਾਹੁੰਦੇ ਹੋ? ਨਾ ਪਾਓ, ਅਸੀਂ ਵੀ ਬੰਦ ਕਰ, ਤੁਸੀਂ ਵੀ ਬੰਦ ਕਰ ਦੋ। ਆਪਾਂ ਪਾਉਣੀ ਕਿਉਂ ਆ? ਨਹੀਂ ਭਾਈ ਸਾਹਿਬ ਜੀ, ਮੇਰਾ ਉਹੀ ਤਾਂ ਭਾਈ ਅਸੀਂ ਕਹਿੰਦੇ ਹਾਂ ਆਪਾਂ ਨੀ ਕਰਦੇ ਬਾਈ, ਬਾਬੀ ਆਪਾਂ ਹੁਣੇ ਬੰਦ ਕਰ ਦੇਣਾ, ਆਪ ਜੀ ਬੰਦ ਕਰ ਦੋ। ਇਸ ਪਾਸੇ ਨੂੰ ਗੱਲ ਭੁੱਲ ਜਾਣ ਦੀ ਜਿਹੜੇ ਦੋ ਤਿੰਨ ਕੁਐਸਚਨ ਹੈਗੇ ਨਾ, ਇੱਕ ਤਾਂ ਸਾਨੂੰ ਲੱਗਦਾ ਇਹ ਕਿ ਸਾਡੇ ਬੱਚੇ ਜਿਹੜੇ ਨਾ ਇਹ ਭੰਗਲ ਨੂੰ ਜਾਂ ਨਸ਼ਿਆਂ ਨੂੰ ਜਾ ਰਹੇ ਆ, ਉੱਥੇ ਦੇਗਾ ਚੱਲਦੀਆਂ ਆ। ਹੁਣ ਇੱਕ ਮਿੰਟ ਜੀ, ਮੈਨੂੰ ਇੱਕ ਮਿੰਟ ਭਾਜੀ, ਇੱਕ ਮਿੰਟ ਬਾਬਾ ਖੇਲਾ ਜੀ, ਬਾਬਾ ਖੇਲਾ ਜੀ, ਇਹ ਤਾਂ ਸੁਣ ਵੀ ਲਓ, ਸੁਣ ਲਓ ਤਾਂ ਵੀ ਕੀਤਾ। ਇੱਕ ਸਵਾਲ, ਇੱਕ ਜਵਾਬ, ਸਾਡੇ ਜਿਹੜੇ ਦੇਗਾ ਦੀ ਮਰਿਆਦਾ ਅੱਜ ਦੀ ਕੋਈ ਚੱਲ, ਤੁਸੀਂ ਕਿਉਂ ਬੋਲਦੇ ਆ? ਬਾਬਾ ਜੀ ਆਪ ਜੀ ਵੀ ਹਰਜੋ, ਪ੍ਰੋਫੈਸਰ ਜੀ ਆਪ ਜੀ ਵੀ ਹਰਜੋ ਯਾਰ, ਉਹ ਠੀਕ ਹੈ ਭਾਈ ਸਾਹਿਬ ਜੀ, ਐਡੇ ਤੱਤੇ ਹੋਣ ਦੀ ਕੋਈ ਲੋੜ ਨਹੀਂ, ਗੱਲ ਹੀ ਹੋ ਰਹੀ ਹੈ ਹਰੇਕ ਗੱਲ 'ਚ ਬੰਦਾ ਪੂਰੇ ਬੋਲਦਾ। ਭਾਈ ਸਾਹਿਬ ਜੀ ਕੋਈ ਨੀ, ਠੀਕ ਹੈ ਜੀ, ਬਾਬਾ ਜੀ ਮਹਾਰਾਜ
ਜਵਾਬ ਹੀ ਸੁਣ ਲਓ, ਐਸੀ ਗੱਲ ਨਹੀਂ ਵੀ ਇੱਕ ਇੱਕ ਸਵਾਲ ਦਾ ਜਵਾਬ, ਇੱਕ ਇੱਕ ਸਵਾਲ ਦਾ ਸਾਡੇ ਕੁਛ ਇੱਕ ਗਰੁੱਪ ਇਹੋ ਜਿਹਾ ਬਣ ਗਿਆ ਜਿਹਨਾਂ ਵਿੱਚ ਇਹ ਪ੍ਰਚਾਰ ਕੀਤਾ ਜਾਂਦਾ ਵੀ ਸ਼ਰਾਬ ਵੀ ਜਾਇਜ਼ ਆ, ਕਿੱਟਾ ਵੀ ਜਾਇਜ਼ ਆ, ਤੁਰਪਣੀ ਨੂੰ ਛੱਡ ਕੇ ਜਨਾਨੀ ਵੀ ਜਾਇਜ਼ ਆ। ਉਹ ਆਪਾਂ ਤੁਹਾਨੂੰ ਸੱਦ ਕੇ ਕੁਛ ਬੱਚਿਆਂ ਨਾਲ ਇੱਕ ਮਿੰਟ ਗੱਲ ਕੀਤੀ, ਸਾਡੇ ਬੱਚੇ ਹੈ ਨਹੀਂ, ਕੁਛ ਬੱਚੇ ਇੱਥੇ ਨਿਹੰਗ ਸਿੰਘ ਬਾਣੀ ਦੇ ਵਿੱਚ ਉਹ ਇਹ ਕੰਮ ਕਰ ਰਹੇ ਆ ਅਤੇ ਸਾਨੂੰ, ਅਸੀਂ ਬਹੁਤ ਚਿੰਤਤ ਆ ਆਪਣੇ ਬੱਚਿਆਂ ਕਰਕੇ, ਇਹ ਗਲਤ ਪਾਸੇ ਨੂੰ ਤੁਰ ਪਏ ਆ ਅਤੇ ਜਿਹੜੇ ਭੰਗ ਤੋਂ ਸ਼ੁਰੂ ਕਰਦੇ ਕਰਦੇ ਕਿੱਥੇ ਦੇ ਕਿੱਥੇ ਕੰਮ ਪਹੁੰਚ ਗਿਆ ਅਤੇ ਇਹਨਾਂ ਨੂੰ ਕਿੱਦਾਂ ਮੋੜ ਕੇ ਪੰਥ ਦੇ ਨਾਲ ਜੋੜੀਏ, ਪੰਥ ਪ੍ਰਤੀ ਜ਼ਿੰਮੇਵਾਰੀ। ਹੁਣ ਗੱਲ ਨਮਕਾਓ ਨਾ, ਗੱਲ ਸਮਝ ਆ ਗਈ ਮੇਰੀ। ਹਾਂਜੀ ਸਰ ਜੀ, ਸਵਾਲ ਦਾ ਜਵਾਬ ਦਿਓ ਦਿਓ ਜੀ, ਵੀ ਜਿਹੜਾ ਪਹਿਲਾਂ ਆਪਣੇ ਤੋਂ ਸ਼ੁਰੂ ਕਰੋ ਤੁਸੀਂ, ਆਪ ਜੀ ਨੇ ਬਾਣਾ ਪਾਇਆ। ਹਾਂਜੀ, ਆਪ ਜੀ ਨੇ ਸਿੰਘ ਦਾ ਬਾਣਾ ਪਾਇਆ, ਦਮਾਲਾ ਸਜਾਇਆ, ਚਲੋ ਚੋਲਾ ਨਹੀਂ ਪਾਇਆ ਪਰ ਦਮਾਲਾ ਸਜਾਇਆ ਨਾ ਜੀ। ਕੀ ਤੁਸੀਂ ਸਾਰੀ ਦੁਨੀਆਂ ਦੇ ਲੋਕਾਂ ਦੀ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਨਸ਼ਾ ਨਹੀਂ ਕਰਨਗੇ? ਨਹੀਂ ਭਾਜੀ, ਇਹ ਮੈਂ ਨਹੀਂ ਦਿੰਦਾ, ਮੈਂ ਬਿਲਕੁਲ ਨਹੀਂ ਦਿੰਦਾ। ਸਾਡੇ ਬੱਚਿਆਂ ਨੇ ਆ ਕੇ ਸਾਨੂੰ ਦੱਸਿਆ, ਬੱਚੇ ਤੁਹਾਡੇ ਨਾਲ ਜੁੜਦੇ ਆ, ਤੁਹਾਡੇ ਕੈਂਪਾਂ 'ਚ ਜਾਂਦੇ ਆ, ਤੁਹਾਨੂੰ ਫੋਲੋ ਕਰਦੇ ਆ, ਤਾਂ ਤੁਹਾਨੂੰ ਪੁੱਛਦੇ ਆ ਤੁਸੀਂ ਲੀਡਰ ਇਹਨਾਂ ਦੇ। ਹਾਂਜੀ, ਸ਼ਰਾਬ ਦੀ ਗੱਲ ਕਰਦੇ ਹੋ ਤੁਸੀਂ, ਉਹ ਦੂਜੀ ਕਰਦੇ ਹੋ, ਤੁਰਕਣੀ ਵਾਲੀ ਗੱਲ ਕਰਦੇ ਹੋ, ਮੇਰੇ ਮੂੰਹ ਤੋਂ ਕਦੋਂ ਸੁਣੀ? ਭਾਜੀ ਸਾਡੇ ਸਿੰਘ ਸਾਹਿਬ ਜੀ, ਸਾਡੇ ਕੋਲ ਸਾਡੇ ਬੱਚਿਆਂ ਨੇ ਆ ਕੇ ਸਾਨੂੰ ਦੱਸੀ ਗੱਲ ਬਾਤ, ਸਾਡੇ ਵਿੱਚ ਹੋਇਆ, ਸਾਡੇ ਵਿੱਚ ਸ਼ਰਾਬ ਪੀਂਦੇ ਉਹ ਯਾਰ, ਤੁਸੀਂ ਫਿਰ ਕਿਸੇ ਪਾਸੇ ਭਾਈ ਸਾਹਿਬ ਜੀ, ਸਾਨੂੰ ਤੁਹਾਡੇ ਬਾਰੇ ਕੋਈ ਆ ਕੇ ਬੱਚਾ ਕਹਿ ਦੇਵੇ ਵੀ ਭਾਈ ਸਾਹਿਬ ਆਹ ਕੰਮ ਕਰਦੇ ਆ, ਅਸੀਂ ਕਿਵੇਂ ਮੰਨੀਏ? ਜਵਾਬਾ ਜੀ, ਮੈਂ ਬੇਨਤੀ ਕਰਨਾ, ਆਪਾਂ ਮੈਂ ਸੀ, ਆਪਾਂ ਸਾਰੇ ਸਿੰਘ ਸੀ, ਆਪਾਂ ਅਸੀਂ ਬੈਠੇ ਸੀ ਇਹਨਾਂ ਨਾਲ, ਆਪ ਜੀ ਨੇ ਦਾਸ ਨੂੰ ਸਵਾਲ ਕੀਤਾ ਜਾਂ ਭਾਊ ਅੰਕਲ ਨੇ ਕੀਤਾ ਸੀਗਾ? ਹਾਂਜੀ, ਮੈਂ ਉੱਥੇ ਸੀਗਾ। ਹਾਂਜੀ ਹਾਂਜੀ, ਮੈਂ ਉੱਥੇ ਆਪਾਂ ਗੱਲ ਸਿੱਧ ਕਰਤੀ ਸੀ ਵੀ ਮੌਂਟਰੀਅਲ ਦੇ ਵਿੱਚ ਇਹ ਚੀਜ਼ਾਂ ਕਿਸੇ ਵੀ ਪੁਆਇੰਟ ਤੇ ਕਦੇ ਨਹੀਂ ਹੋਣਗੀਆਂ। ਬਿਲਕੁਲ ਹੋ ਰਿਹਾ, ਸਾਡੇ ਮੌਂਟਰੀਅਲ ਦੇ ਵਿੱਚ ਨਹੀਂ ਹੁੰਦਾ, ਸਾਡੇ ਮੌਂਟਰੀਅਲ ਦੇ ਵਿੱਚ। ਬਾਬਾ ਜੀ, ਮੇਰੀ ਬੇਨਤੀ, ਮੇਰੀ ਬੇਨਤੀ, ਮੇਰੀ ਬਾਬਾ ਜੀ, ਮੇਰੀ ਇੱਕ ਹੋਰ ਬੇਨਤੀ, ਮੈਂ ਅਸੀਂ ਆਪਣੇ ਕੈਂਪਾਂ ਵਿੱਚ ਇਹਨਾਂ ਗੱਲਾਂ ਤੇ ਸਾਰਾ ਜ਼ੋਰ ਦਿੰਦੇ ਹਾਂ, ਇਹਨਾਂ ਚੀਜ਼ਾਂ ਤੋਂ ਰੋਕਦੇ ਹਾਂ। ਹੋਰ ਦੱਸੋ ਤੁਹਾਨੂੰ ਕੀ ਚਾਹੀਦਾ? ਬਾਬਾ ਜੀ, ਮੇਰੀ ਇਹ ਚਾਹੀਦਾ ਕਿ ਮੇਰੀ ਇੱਕ ਹੋਰ ਬੇਨਤੀ ਨਾਲ ਜੁੜਨ ਤੇ ਜਿਹੜੀ ਗੱਲ ਤੁਹਾਡੀ ਆ, ਤੁਸੀਂ ਆਪਣਾ ਕਲੀਅਰ ਕਰੋ, ਤੁਹਾਡੇ ਤੇ ਜਿਹੜਾ ਦੋਸ਼ ਲੱਗਾ ਵੀ ਆਰਐਸਐਸ ਦੇ ਉੱਤੇ ਘਰ ਗਏ ਆ, ਉੱਥੇ ਪ੍ਰਸ਼ਾਦਾ ਛਕਿਆ ਤੁਸੀਂ ਤੇ ਉਹਨਾਂ ਦੇ ਜਾ ਕੇ ਪਾਠ ਪੂਜਾ ਕੀਤਾ ਤੇ ਤੁਹਾਨੂੰ ਉਸ ਕਰਕੇ, ਮੈਂ ਵੀ ਉਹਨਾਂ ਵਿੱਚ ਹੈਗਾ, ਮੈਨੂੰ ਵੀ ਪਤਾ ਵੀ ਕੀ ਪੰਥ ਚੱਲਿਆ, ਤੁਸੀਂ ਇਹ ਨਾ ਮੰਨੋ। ਆਪ ਜੀ ਦਾ ਮੱਥਾ ਮੈਂ ਨਹੀਂ ਪੜਿਆ ਵੀ ਤੁਸੀਂ ਕਿਹੜੀ ਏਜੰਸੀ ਨਾਲ ਜੁੜੇ ਹੋ। ਹਾਂਜੀ, ਤੁਹਾਨੂੰ ਲੱਗ ਜੂਗਾ ਪਤਾ ਮੈਂ ਕਿਹੜੀ ਏਜੰਸੀ ਨਾਲ ਜੁੜਿਆ। ਮੈਨੂੰ ਨਹੀਂ ਪਤਾ, ਦੱਸ ਦੇਣਗੇ ਕਿਹੜੀ ਏਜੰਸੀ ਦਾ ਬੰਦਾ ਮੇਰੇ ਬਾਰੇ, ਤੁਹਾਨੂੰ ਕੀ ਪਤਾ ਲੱਗ ਜਾਏਗਾ? ਹੈ ਜੀ, ਜਿਹੜਾ ਤੁਸੀਂ ਕੰਮ ਕੀਤਾ ਇਸ ਕਰਕੇ ਪਤਾ ਲੱਗਾ, ਇਸ ਕਰਕੇ ਤੁਹਾਨੂੰ ਬੈਨ ਕੀਤਾ ਗਿਆ ਵੀ ਤੁਸੀਂ ਪੰਥਕ ਸਟੇਜਾਂ ਤੇ ਬੋਲ ਨਹੀਂ ਸਕਦੇ। ਸਾਨੂੰ ਅਸੀਂ ਚਾਹੁੰਦੇ ਵੀ ਤੁਸੀਂ ਪੰਥ ਨਾਲ ਜੁੜੋ, ਪੰਥ ਦੇ ਨਾਲ ਚੱਲੋ, ਪੰਥ ਦੀ ਮੈਨੂੰ ਬੰਦੇ ਕਰਕੇ ਨਹੀਂ ਬੈਨ ਕੀਤਾ ਗਿਆ, ਉਹ ਤਾਂ ਬਹਾਨਾ।
ਆਪਣਾ ਪਾਕਿਸਤਾਨ ਦੀ ਆਈ ਐਸ ਦਾ ਹੋਵੇ ਤੇ ਭਾਵੇਂ ਪਤਾ ਨੀ ਕਿਹੜੇ ਮੁਲਕ ਦੀ ਕਿਹੜੀ ਇੰਟੈਲੀਜੈਂਸੀ ਦਾ ਬੰਦਾ ਹੋਵੇ ਮੇਰੇ ਕੋਲ ਫੋਟੋ ਖਿਚਾ ਜੇ ਮੈਨੂੰ ਨੀ ਪਤਾ ਲੱਗਦਾ ਤੁਸੀਂ ਘਰ ਬੈਠ ਕੇ ਉਹ ਗੱਲ ਦੱਸਾਂਗੇ ਪਹਿਲਾਂ ਤੁਸੀਂ ਇੰਨੇ ਕਾਲੇ ਕਿਉਂ ਪੈ ਗਏ ਭਾਜੀ ਕਾਲੇ ਨੀ ਪਏ ਹੋ ਤਿੰਨ ਘੰਟੇ ਸਾਡਾ ਮੇਨ ਅਸੀਂ ਨੀ ਕੀਤਾ ਜੋ ਹੋਣੀ ਉਹ ਕਹਿਣੀ ਆ ਮੈਨੂੰ ਨੀ ਪਤਾ ਕਿਸੇ ਦੀ ਕੀ ਵਿਵਸਥਾ ਨੀ ਸਾਨੂੰ ਆਪਣੇ ਗੁਰੂ ਤੇ ਭਰੋਸਾ ਮੈਨੂੰ ਸਟੇਜਾਂ ਦੇ ਭੁੱਖ ਨੀ ਨਾ ਮੈਂ ਉਹਨਾਂ ਸਟੇਜਾਂ ਤੇ ਮੁੜ ਕੇ ਜਾਣਾ ਇਹ ਵੀ ਮੇਰਾ ਵਚਨ ਜਿਹੜੀਆਂ ਨੇ ਬੈਨ ਕੀਤਾ ਨਾ ਉੱਥੇ ਅਸੀਂ ਮੁੜ ਕੇ ਨੀ ਜਾਣਾ ਅਜੇ ਆਪਣੇ ਨਾਂ ਦੇ ਵਿੱਚ ਜੰਗਲਾਂ ਕਥਾ ਕਰਦੇ ਅੱਗੇ ਅਸੀਂ ਛਾਉਣੇ ਰਹਿੰਦੇ ਹਾਂ ਸਾਨੂੰ ਨੀ ਇਹਨਾਂ ਚੀਜ਼ਾਂ ਦੀ ਘੋੜਿਆਂ ਦੀ ਕਾਠੀ ਦੇਣ ਵਾਲੇ ਅਸੀਂ ਜੇ ਉੱਥੇ ਜਦੋਂ ਮੈਂ ਉਤਰਿਆ ਏਅਰਪੋਰਟ ਤੋਂ ਘੱਟੋ ਘੱਟ ਵਿੱਚ 150-200 ਜੰਗ ਸਿੰਘ ਨੇ ਮੇਰੀ ਫੋਟੋ ਆ ਕੇ ਸਨਮਾਨ ਕੀਤਾ ਉੱਥੇ ਉਹ ਪੁਰਸ਼ੋਤਮ ਸਿੰਘ ਨੂੰ ਫੋਨ ਆਇਆ ਉਸ ਬੰਦੇ ਦਾ ਕਿਉਂਕਿ ਉਹ ਬੰਦਾ ਪੁਰਸ਼ੋਤਮ ਸਿੰਘ ਦੀ ਇਮੀਗ੍ਰੇਸ਼ਨ ਦਾ ਵਕੀਲ ਹੈ ਜਿਹੜੇ ਉਹਨੇ ਕੇਸ ਲਾਇਆ ਇੱਥੇ ਉਹਨੂੰ ਨਹੀਂ ਪਤਾ ਕਿ ਉਹ ਬੰਦਾ ਕੌਣ ਹੈ ਉਹਨੇ ਇੱਕ ਵਕੀਲ ਦੇ ਤੌਰ 'ਤੇ ਉਹਦੇ ਨਾਲ ਸਹਿਮਤ ਹੈ ਉਹਨੇ ਮੈਨੂੰ ਬੁਲਾਇਆ ਕਹਿੰਦੇ ਬਾਬਾ ਜੀ ਨੂੰ ਕਹੋ ਮਾਰੇ ਘਰ ਮੈਂ ਚਰਨ ਪਾਲ ਦਿਉ ਉਹਨੇ ਪੁਰਸ਼ੋਤਮ ਸਿੰਘ ਕਹਿੰਦਾ ਬਾਬਾ ਜੀ ਮੇਰਾ ਵਕੀਲ ਆ ਤੁਸੀਂ ਮੇਰੇ ਨਾਲ ਚੱਲੋਗੇ ਵਕੀਲ ਪੁਰਸ਼ੋਤਮ ਸਿੰਘ 4.5 ਸਾਲ ਜੇਲ੍ਹ ਕੱਟ ਕੇ ਆਇਆ ਇਹ ਤਾਂ ਕਹਿੰਦੇ ਖਾਲਿਸਤਾਨ ਦੇ ਹੱਕ 'ਚ ਬੋਲੇ ਹੋ ਉਹ ਕਹਿੰਦਾ ਮੈਂ ਕਿਵੇਂ ਬੋਲਾਂ ਮੇਰੇ ਘਰ ਪਿੱਛੇ ਪਰਿਵਾਰ ਹੈ ਮੇਰੇ ਬੱਚੇ ਨੇ ਮੈਂ ਮਾਰ ਖਾਧੀ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਔਰ ਬੜੇ ਵੱਡੇ ਕੇਸ ਦੇ ਵਿੱਚ ਆਰ ਡੀ ਐਕਸ ਦਾ ਅਤੇ ਦੂਜੇ ਤੀਜੇ ਕੇਸ ਪਾ ਕੇ ਅੰਦਰ ਡੱਕੀ ਰੱਖਿਆ 90 ਦੀ ਜੇਲ੍ਹ 'ਚ 4.5 ਸਾਲ ਪੁਰਸ਼ੋਤਮ ਸਿੰਘ ਜੇਲ੍ਹ 'ਚ ਰਿਹਾ ਜੇਲ੍ਹ 'ਚ ਛੁਡਾ ਕੇ ਸੀ ਬੜੀ ਮੁਸ਼ਕਿਲ ਨਾਲ ਇੱਥੇ ਉਹਨੂੰ ਪਹੁੰਚਾਇਆ ਇੱਥੇ ਜਦੋਂ ਉਹਦੇ ਘਰ ਗਏ ਹਾਂ ਜੀ ਵਕੀਲ ਦੇ ਉਸ ਵਕੀਲ ਨੇ ਕਿਹਾ ਬਾਬਾ ਜੀ ਆਪ ਮੇਰੇ ਯਹਾਂ ਬੈਠੇ ਪੂਜਾ ਕਰੋ ਮੈਂ ਕਿਹਾ ਵੀ ਸਾਨੂੰ ਤਾਂ ਤੇਰੀ ਪੂਜਾ ਕੋਈ ਆਉਂਦੀ ਨਹੀਂ ਕਿੱਦਾਂ ਕਰਨੀ ਅਸੀਂ ਆਪਣਾ 12ਵਾਂ ਦਾ ਪਾਠ ਕੀਤਾ ਇੱਦਾਂ ਹੀ ਬੈਠੇ ਹੋਏ ਸੰਗਰਾਮ ਦਾ ਦਿਨ ਸੀਗਾ 12ਵਾਂ ਪੂਰੀ ਕੰਠ ਤੋਂ ਪੜਿਆ ਜਵਾਨੀ ਪੜ੍ਹ ਕੇ ਅਰਦਾਸ ਕਰਕੇ ਤੇ ਅਸੀਂ ਉੱਥੇ ਮਤਲਬ ਉਹਨੇ ਦੋ ਪ੍ਰਸ਼ਾਦ ਸ਼ਿਕਾਇਤ ਨੰਗੇ ਸਿਰ ਬੈਠੇ ਸਾਧ ਦੇ ਸਾਹਮਣੇ ਨਹੀਂ ਕਿਹਦੇ ਨੰਗੇ ਸਿਰ ਬੈਠਾ ਸਾਧ ਸਾਧ ਵਾਲੀ ਗੱਲ ਹੋਰ ਹੈ ਉਹਦੇ ਸਾਹਮਣੇ ਸਾਨੂੰ ਨੀ ਪਤਾ ਉਹ ਚੋਰ ਹੈ ਉਹ ਡਾਕੂ ਹੈ ਉਹ ਕਾਲਾ ਚੋਰ ਹੈ ਉਹ ਆਰ ਐਸ ਐਸ ਦਾ ਇਹ ਮੈਂ ਮਾਰੀ ਧਿਓਰੀ ਚ ਕਹਿ ਰਿਹਾ ਉਸ ਤੋਂ ਬਾਅਦ ਪਤਾ ਲੱਗ ਜਾਵੇ ਉਹ ਆਰ ਐਸ ਐਸ ਦਾ ਜੇ ਕਿਹਦਾ ਜੇ ਆਰ ਐਸ ਐਸ ਦੇ ਲੱਖਾਂ ਬੰਦੇ ਤੁਹਾਡੇ ਗੁਰਦੁਆਰੇ 'ਚ ਬੈਠੇ ਨੇ ਤੁਹਾਡੇ ਨਾਲ ਫੋਟੋ ਖਿਚਾ ਰਹੇ ਨੇ ਨੀਲੀਆਂ ਪੱਗਾਂ ਬੰਨ ਕੇ ਤੁਹਾਨੂੰ ਯੂਜ ਕਰ ਰਹੇ ਨੇ ਉਦੋਂ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਦੋਂ ਨਜ਼ਰ ਆਉਂਦਾ ਕੱਢ ਦੇਈਦਾ ਕੰਨੋਂ ਫੜ ਕੇ ਪਰ ਭਾਈ ਸਾਹਿਬ ਸਜ਼ਾ ਕੱਟੀ ਆ ਤੇ ਹੋਰ ਅੱਗੇ ਕੱਟਣ ਲਈ ਤਿਆਰ ਬੈਠੇ ਆ ਕੋਈ ਪੰਥ ਤੇ ਕੋਈ ਉਲਾਂਭਾਰੀ ਕਿਸੇ ਸਾਡੀ ਮਦਦ ਕੀਤੀ ਨਹੀਂ ਕੀਤੀ ਕੋਈ ਉਲਾਂਭਾਰੀ ਬਾਬੇ ਬੇਨਤੀ ਮੇਰੀ ਆ ਜੀ ਆਪ ਜੀ ਨੇ ਗਿਆਨੀ ਤੋਂ ਸਪਸ਼ਟੀਕਰਨ ਮੰਨ ਮੰਗਿਆ ਮੈਂ ਉਹ ਬੇਤੀ ਮੇਰਾ ਗਿਆਨੀ ਜੀ ਨੇ ਦੱਸਤਾ ਵੀ ਗੱਲ ਕਿੱਦਾਂ ਵਾ ਇਹਦੀ ਸਜ਼ਾ ਜਿਹੜੀ ਦਿੱਤੀ ਮੈਨੂੰ ਹਾਂਜੀ ਠੀਕ ਹੈ ਨਾ ਉਹ ਸਜ਼ਾ ਮੈਂ ਪ੍ਰਵਾਨ ਕਰਨੀ ਹੈ ਮੈਂ ਵਾਪਸ ਨਹੀਂ ਮੋੜਦੀ ਜੀ ਠੀਕ ਹੈ ਮੈਂ ਨਹੀਂ ਜਾਣਾ ਨਾ ਗੁਰਦੁਆਰੇ ਮੈਂ ਗੁਰੂ ਗ੍ਰੰਥ ਸਾਹਿਬ ਜਿੱਥੇ ਮਿਲੇਗਾ ਉੱਥੇ ਮੱਥਾ ਟੇਕਾਂਗਾ ਠੀਕ ਹੈ ਉਹਨਾਂ ਸਟੇਜਾਂ ਤੇ ਨਹੀਂ ਜਾਵਾਂ ਠੀਕ ਗੁਰੂ ਗ੍ਰੰਥ ਸਾਹਿਬ ਮੇਰੇ ਨਾਲ ਦੂਜੇ ਹੈਗੀ ਸਾਧ ਦੀ ਗੱਲ ਮੈਂ ਪੜ੍ਹਿਆ ਉਦਾਸੀ ਸੰਤਾਂ ਕੋਲੋਂ ਸਾਡੇ 'ਚ ਮੱਥਾ ਟੇਕਣ ਦੀ ਪਰੰਪਰਾ ਅਸੀਂ ਵਿਦਿਆ ਲਈ ਹੈ ਖਾਲਸਾ ਪੰਥ ਦੀ ਪਰੰਪਰਾ ਨਹੀਂ ਹੈ ਨਹੀਂ ਹੋਵੇਗੀ ਤੁਹਾਡੀ ਉਦਾਸੀਆਂ ਦੀ ਸਾਡੀ ਹੈ ਖਾਲਸਾ ਪੰਥ ਉਦਾਸੀ ਪੰਥ ਖਾਲਸਾ ਪੰਥ ਨਹੀਂ ਗਾ
ਖਾਲਸਾ ਪੰਥ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੱਥਾ ਟੇਕਣ ਦਾ ਪ੍ਰੋਗਰਾਮ ਕਰਾਇਆ ਸੀ। ਖਾਲਸਾ ਪੰਥ ਸਿੰਘ ਸਭਾ ਨੇ ਨਹੀਂ ਬਣਾਇਆ, ਖਾਲਸਾ ਪੰਥ ਦਸਵੇਂ ਪਾਤਸ਼ਾਹ ਦੇ ਸਾਜਿਆ ਬਾਬਾ ਜੀ। ਏਦਾਂ ਕਿਉਂ ਹੁੰਦਾ ਵਾ ਤੁਸੀਂ ਕੋਈ ਸਵਾਲ ਪੁੱਛਦਾ ਤਿੰਨੇ ਜਾਣੇ ਬੋਲਣ ਲੱਗ ਜਾਣਾ, ਇੱਕ ਇਧਰੋਂ ਇੱਕ ਉਧਰੋਂ? ਬਾਬਾ ਜੀ ਗੱਲ ਠਾਮੇ ਨਾਲ ਸੁਣੋ, ਮੱਥਾ ਟੇਕਣ ਦੀ ਕਿਸੇ ਬੰਦੇ ਨੂੰ ਬਿਲਕੁਲ ਕੋਈ 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 ਪਰੰਪਰਾ ਨਹੀਂ ਗੀ। ਉਦਾਸੀ ਪੰਥ ਖਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਕਰਦਾ, ਠੀਕ ਹੈ ਜੀ? ਉਹ ਤਾਂ ਬਿਲਕੁਲ ਇਹ ਮਤਲਬ ਜੇ ਤੁਸੀਂ ਉਦਾਸੀ ਹੈ, ਤੁਸੀਂ ਸਾਡੇ ਸਾਹਮਣੇ ਤੁਸੀਂ ਉਦਾਸੀ ਨਹੀਂ ਬੈਠੇ, ਅੰਮ੍ਰਿਤਧਾਰੀ ਸਿੰਘ ਬੈਠੇ ਸਾਡੇ ਸਾਹਮਣੇ, ਅਸੀਂ ਅੰਮ੍ਰਿਤਧਾਰੀ ਸਿੰਘ ਨਾਲ ਗੱਲ ਕਰ ਰਹੇ ਹਾਂ ਭਾਈ ਸਾਹਿਬ ਜੀ, ਸੁਣ ਤਾਂ ਲਓ। ਪਰ ਅਸੀਂ ਅੰਮ੍ਰਿਤਧਾਰੀ ਸਿੰਘ ਨਾਲ ਗੱਲ ਕਰ ਰਹੇ ਹਾਂ, ਕਿਸੇ ਉਦਾਸੀ ਨਾਲ ਨਹੀਂ ਬੋਲੋ ਭਾਈ। ਉੱਚੀ ਕਿਉਂ ਬੋਲੋ ਤੁਸੀਂ? ਮੈਂ ਤੁਹਾਡੇ ਦਰਸ਼ਨ ਕਰਦਾ, ਮੈਨੂੰ ਇੱਕ ਅੰਮ੍ਰਿਤਧਾਰੀ ਸਿੱਖ ਦੱਸਦਾ, ਉਦਾਸੀ ਨਹੀਂ ਦੱਸਦਾ। ਤੁਸੀਂ ਉਦਾਸੀ ਲੱਗਦੇ ਨੀ, ਤੁਹਾਡੇ ਮੱਥਾ ਟੇਕਣ ਤੋਂ ਤੁਹਾਨੂੰ ਵੀ ਕਹਿ ਸਕਦੇ ਨਹੀਂ ਰੋਕ ਸਕਦੇ। ਨਹੀਂ ਉਹ ਤਾਂ ਕਹਿੰਦੇ ਸੀ ਉਦਾਸੀ ਹੈ, ਖਾਲਸਾ ਕਹਿੰਦਾ ਨੀ ਮੈਂ ਉਦਾਸੀ ਹਾਂ, ਗੁਰੂ ਗੋਬਿੰਦ ਸਿੰਘ ਨੂੰ ਰੋਕਣਾ ਤਾਂ ਉਦਾਸੀ ਹੈ ਹੀ ਨਹੀਂ। ਇੱਥੇ ਇੱਕ ਗੱਲ ਆਪਾਂ ਥੋੜੇ ਸਾਰੇ ਸਮਝੀ, ਤੁਸੀਂ ਗੁਰਮਤਿ ਵਿਦਿਆ ਨੀ ਪੜ੍ਹੇ, ਉਦਾਸੀਆਂ ਨੀ ਪੜ੍ਹੇ, ਗੁਰਮਤਿ ਵਿਦਿਆ ਨੀ ਪੜ੍ਹੇ ਤੁਸੀਂ? ਬਾਬਾ ਜੀ ਗੋਬਿੰਦ ਸਿੰਘ, ਤੁਸੀਂ ਗੁਰਮਤਿ ਵਿਦਿਆ, ਮੈਂ ਉਦਾਸੀਆਂ ਦੀ ਨੀ ਪੜ੍ਹਿਆ, ਮੈਂ ਉਹਨਾਂ ਦੇ ਖਿਲਾਫ਼ ਬੋਲਦਾ। ਜੇ ਗੁਰੂ ਕਾ ਖਾਲਸਾ ਗੁਰੂ ਗੋਬਿੰਦ ਸਿੰਘ ਕਹਿ ਸਕਦਾ ਭਾਈ ਦਾਦੂ ਦੀ ਉੱਥੇ ਮੱਥਾ ਨੀ, ਇੱਕ ਮਿੰਟ ਮੱਥਾ ਸਮਾਧ ਨੂੰ ਉਦੋਂ ਫੜ ਲਿਆ ਜਾ ਕੇ, ਜੇ ਤੁਸੀਂ ਮੋਨੇ ਨੂੰ ਟੇਕਦੇ ਆ ਤੁਸੀਂ ਪੰਥ ਖਾਲਸਾ ਭਾਜੀ, ਤੁਸੀਂ ਖਾਲਸਾ ਤੁਸੀਂ ਹੈਗੇ ਆ ਉਦਾਸੀ ਹੈਗੇ ਆ, ਤੁਸੀਂ ਉਦਾਸੀ ਹੈ ਕਿ ਖਾਲਸਾ ਪੰਥ? ਅਸੀਂ ਬਾਬਾ ਸ੍ਰੀ ਚੰਦ ਜੀ ਦੇ ਸੰਪਰਦਾ ਦੇ ਵਿੱਚ ਵਿਦਿਆ ਪੜ੍ਹੀ, ਅਸੀਂ ਖਾਲਸਾ ਪੰਥ ਸਵਾਲ ਪੁੱਛਦਾ, ਤੁਸੀਂ ਉਦਾਸੀ ਹੋ ਜੋ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਹੋ? ਅਸੀਂ ਖਾਲਸਾ ਪੰਥ ਦੀ ਨੁਮਾਇੰਦਗੀ ਕਰਦੇ ਫਿਰ ਤੁਸੀਂ ਖਾਲਸਾ ਪੰਥ ਦਾ ਹੁਕਮ ਮੱਥਾ ਨੀ ਟੇਕਣਾ? ਸਾਰਿਆਂ ਦਾ ਆਪਣਾ ਪਰਸਨਲ ਵੀ ਹੁੰਦਾ ਭਾਈ ਸਿੰਘ, ਬਾਬਾ ਜੀ ਮੈਂ ਗੱਲ ਖਾਲਸਾ ਸਾਜਨਾ ਹੋਈ ਨਾ, ਇਹ ਇੱਕ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰੀਏ। ਸਾਰੀ ਬਾਣੀ ਕਹਿੰਦੀ ਬਾਬਾ ਜੀ ਕੋਈ ਨੀ ਠੀਕ ਹੈ।
ਖਾਲਸਾ ਸਾਜਨਾ ਜਦੋਂ ਹੋਈ ਗੁਰੂ ਸਾਹਿਬ ਨੇ ਖਾਲਸੇ ਨੂੰ ਜੋ ਵਿਲੱਖਣਤਾ ਦਿੱਤੀ ਉਹਦੇ ਵਿੱਚ ਅਸੀਂ ਇਹ ਪੜ੍ਹਿਆ ਤੁਸੀਂ ਵੀ ਪੜ੍ਹਾਇਆ ਸੁਣਾਇਆ ਵੀ ਸਾਨੂੰ ਖਾਲਸਾ ਹੈ ਖਾਸ ਤੁਸੀਂ ਵਿੱਦਿਆ ਲਈ ਜੇ ਤੁਹਾਡੇ ਕੋਈ ਵਿੱਦਿਆ ਦਾ ਤੇ ਸੰਪਰਦਾਇ ਹੋਣ ਉਹ ਹੋਣ ਜਿਹੜੇ ਤੁਸੀਂ ਕਹਿ ਰਹੇ ਨਿਰਮਲੇ ਹੋ ਜਾਂ ਉਦਾਸੀ ਹੋ ਬੜੇ ਸੰਤ ਸਾਡੇ ਏਦਾਂ ਦੇ ਸੀਗੇ ਜਿਹੜੇ ਨਿਰਮਲਿਆਂ ਤੋਂ ਪੜ੍ਹੇ ਜਿਹੜੇ ਸੰਤ ਰਜੋਲੋ ਵਾਲੇ ਸੀਗੇ ਉਹ ਨਿਰਮਲਿਆਂ ਤੋਂ ਪੜ੍ਹੇ ਉਹ ਸੰਪਰਦਾ ਤੋਂ ਪੜ੍ਹੇ ਸੀਗੇ ਉਦਾਸੀਆਂ ਤੋਂ ਵੀ ਪੜ੍ਹੇ ਉਹਨਾਂ ਦੇ ਦੀਵਾਨਾਂ ਦੇ ਵਿੱਚ ਕਥਾ ਦੇ ਵਿੱਚ ਬਹੁਤ ਉਪਮਾ ਵੀ ਕਰਦੇ ਗਏ ਬਹੁਤ ਸੋਚੀ ਪਰ ਇੱਕ ਚੀਜ਼ ਬਾਬਾ ਜੀ ਦੇਖੋ ਬਾਬਾ ਖੇਲਾ ਜੀ ਮੈਨੂੰ ਤੁਸੀਂ ਕਹੋ ਪਰ ਮੇਰੀ ਗੱਲ ਪੂਰੀ ਹੋ ਮੇਰੀ ਗੱਲ ਪੂਰੀ ਹੋ ਆਪਾਂ ਗੱਲ ਪਤਾ ਦੇਖੋ ਦੇਖੋ ਤੁਸੀਂ ਮਰਿਆਦਾ ਚੁੱਪ ਦਾ ਦੇਖੋ ਫਿਰ ਤੁਹਾਡੇ ਕੋਲ ਉਹਨੂੰ ਸਾਧੂ ਦਾ ਕੀ ਮਾਪਦੰਡ ਨਹੀਂ ਇਹ ਗੱਲ ਤੁਸੀਂ ਕਹਿ ਦੋ ਤੇ ਉਹ ਮਾਪਦੰਡ ਉਹਦੇ ਤੇ ਲਾਗੂ ਹੋ ਜਾਂਦਾ ਸਾਧੂ ਮੇਰੀ ਬੇਨਤੀ ਦੇਖੋ ਤੁਸੀਂ ਇੱਕ ਨਾ ਚੀਜ਼ ਕਹੀ ਜਿਹੜੀ ਸਹੀ ਨਹੀਂ ਹੈਗੀ ਉਹ ਪਤਾ ਕੀ ਸ਼ਬਦ ਵਰਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਦੁਬਾਰਾ ਜੇ ਤੁਸੀਂ ਜੋ ਕਰਨਾ ਕਰੋ ਸਾਨੂੰ ਕਹਿ ਰਹੇ ਤੁਸੀਂ ਜੋ ਕਰਨਾ ਆਪਾਂ ਜਿੰਨੇ ਵੀ ਸਾਧ ਨਾਮ ਜਪਿਆਰੀ ਤੇਰੇ ਨਾਮ ਹੈ ਵੀਰ ਜੀ ਇਹ ਤੁਹਾਨੂੰ ਪਤਾ ਆ ਮੈਂ ਕੀ ਕਹਿ ਰਿਹਾ ਪਰ ਤੁਸੀਂ ਇਸ ਗੱਲ ਨੂੰ ਸਮਝਦੇ ਨਹੀਂ ਮੈਨੂੰ ਇੱਕ ਗੱਲ ਜਿਸ ਗੱਲ ਨੂੰ ਮੈਂ ਕਰਨ ਜਾ ਰਿਹਾ ਤੁਸੀਂ ਉਹਨੂੰ ਸਮਝਦੇ ਪਏ ਤੁਸੀਂ ਸਮਝਦੇ ਆ ਪਰ ਪਤਾ ਕੀ ਹੁੰਦਾ ਮੈਂ ਸਮਝਦਾ ਮੈਂ ਤੁਹਾਡੀ ਜਿੱਥੇ ਸਮਝਣ ਵਾਲੀ ਸੀ ਮੈਂ ਤੁਹਾਡੇ ਨਾਲ ਜਦੋਂ ਵੇਦਾਂ ਦੀ ਗੱਲ ਚੱਲੀ ਮੈਂ ਸ਼ਬਦ ਵਰਤੇ ਗੁਰਬਾਣੀ ਦੇ ਕਿ ਮੈਂ ਤੁਹਾਡੇ ਨਾਲ ਉਸ ਗੱਲ ਠੀਕ ਹੈ ਗੁਰੂ ਨੇ ਗੱਲ ਕੀਤੀ ਹੈ ਅਸੀਂ ਉਹਨੂੰ ਫਾਈਨਲ ਨਹੀਂ ਕਰਦੇ ਪਰ ਜੇ ਤੁਸੀਂ ਇਹਦਾ ਸੋਚਦੇ ਹੋ ਤਾਂ ਆਪਣਾ ਹੱਲ ਆ ਜਿਹੜੀਆਂ ਗੱਲਾਂ ਕਰਦਾ ਪਤਾ ਲੱਗਦਾ ਨਾਮ ਜਪ ਕੇ ਰਹਿ ਨਹੀਂ ਸਕਦਾ
ਇਸ ਗੱਲ ਦਾ
ਸਾਰੇ ਨਾਲ ਹੋ ਜਾਵੇ।